साहिब सचे पातशाह जी दी पावन पवित्र हजूरी अंदर संध्या दे दीवान विच अमृत गुरबाणी कीर्तन आप जी भाई साहब जी तो श्रवण कर रहे सी। कीर्तन की समाप्ति ते दो श्लोक भगत कबीर साहब जी दे उच्चारण किए हुए भाई साहब जी ने गायन किए। पहले श्लोक विच कबीर साहब ये समझा रहे ने परमेश्वर नू याद करन लई अक्सर आपां अपने हाथ विच माला सिमरना जां छोटे आकार दी माला उनू सिमरनी कहिंदे आ। उस दा मतलब ये नहीं कि असी परमेश्वर की गिनती करके उदा अंत पा लेना है। सिर्फ सिमरनी का मतलब ये वे कि कोई नेम विच चलांगे ते मुकाम ते पहुँच जावांगे।
ਕਬੀਰ ਸਾਹਿਬ ਨੇ ਬਚਨ ਕੀਤਾ, ਮੇਰੀ ਸਿਮਰਨੀ ਮੇਰੀ ਜ਼ਬਾਨ ਹੈ। ਜਿਵੇਂ ਸਿਮਰਨਾ ਹੱਥ 'ਚ ਪਕੜੇ ਕੋਈ, ਮਾਲਾ ਹੱਥ 'ਚ ਕੋਈ ਪਕੜੇ, ਉਸ ਦੇ ਮਨਕੇ 'ਤੇ ਹੱਥ ਰੱਖਦਿਆਂ ਉਹਨੂੰ ਪਰਮਾਤਮਾ ਦੀ ਯਾਦ ਆ ਜਾਂਦੀ ਹੈ। ਕਹਿੰਦੇ ਨੇ ਮੈਂ ਇੰਨਾ ਕੁ ਦਾਤੇ ਦਾ ਸ਼ੁਕਰ ਕਰਨਾ ਕਿ ਮੇਰੀ ਜ਼ਬਾਨ ਹੀ ਉਹਨੇ ਸਿਮਰਨੀ ਬਣਾ ਦਿੱਤੀ ਹੈ। ਜਦੋਂ ਮੈਂ ਬੋਲਣਾ ਆਪਣੀ ਰਸਨਾ ਨਾਲ ਕੇਵਲ ਰਾਮ ਹੀ ਬੋਲਣਾ ਵਾ। ਇਹਨੇ ਮੇਰੇ ਅੰਦਰ ਨੂੰ ਸੁੱਖ ਦਿੱਤਾ, ਵਿਸ਼ਰਾਮ ਦਿੱਤਾ। ਅਤੇ ਕਹਿੰਦੇ ਨੇ ਇਕੱਲਾ ਮੈਂ ਨਹੀਂ, ਉਹ ਕਹਿੰਦੇ ਨੇ ਜਿੰਨੇ ਵੀ ਆਦਿ ਜੁਗਾਦ ਅੱਜ ਤੀਕਰਾਂ ਪਰਮਾਤਮਾ ਦੀ ਭਗਤੀ ਵਾਲੇ ਹੋਏ ਨੇ, ਸੱਚ ਇਵੇਂ ਸਾਰਿਆਂ ਨੇ ਆਪਣੀ ਸ਼ੁਰੂਆਤ ਜ਼ਬਾਨ ਤੋਂ ਬੋਲ ਕੇ ਹੀ ਕੀਤੀ। ਬੜਾ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਅੱਜ ਦੀ ਗੱਲ ਨਹੀਂ ਹੈ। ਭਾਈ ਸਾਹਿਬ ਨੇ ਗਾਇਨ ਕੀਤਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਪ੍ਰਭੂ ਦਾ ਨਾਮ ਜ਼ਬਾਨ 'ਤੇ ਟਿਕ ਜਾਣਾ ਮੇਰੀ ਜ਼ਬਾਨ ਸਿਮਰਨੀ ਹੈ। ਆਦਿ ਜੁਗਾਦੀ ਸਗਲ ਭਗਤ, ਇਹਦਾ ਮਤਲਬ ਜੁਗਾਂ ਜੁਗਾਂ ਤੱਕ ਜਿਨ੍ਹਾਂ ਨੇ ਭਗਤੀ ਕਰਨ ਵਾਲੇ ਪਹਿਲਾਂ ਹੋਏ ਉਹਨਾਂ ਨੂੰ ਸਕੂਨ ਜਪ ਕੇ ਹੀ ਮਿਲਿਆ ਹੈ। ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁੱਖ ਵਿਸ਼ਰਾਮ। ਦੂਸਰਾ ਬਚਨ ਸੀ, ਕਹਿੰਦੇ ਨੇ ਸ਼ਾਇਦ ਮੈਂ ਬ੍ਰਾਹਮਣ ਘਰ ਪੈਦਾ ਹੁੰਦਾ ਅਤੇ ਇਹ ਕਿਰਪਾ ਨਾ ਮਿਲਦੀ। ਯਾਦ ਰੱਖਿਓ, ਉਹਨਾਂ ਨੇ ਇੱਥੇ ਆਪਣੀ ਜਾਤ ਨੂੰ ਇਹ ਨਹੀਂ ਲੁਕੋਇਆ। ਕਹਿੰਦੇ ਹੋ ਸਕਦਾ ਪਰਮਾਤਮਾ, ਹੋ ਸਕਦਾ ਸ਼ਬਦ ਕਿ ਕਿਤੇ ਉੱਚੀ ਜਾਤ ਦਾ ਅਭਿਮਾਨ ਰੁਕਾਵਟ ਬਣ ਜਾਂਦਾ। ਮੈਂ ਕੁਰਬਾਨ ਜਾਵਾਂ ਇਸ ਜਾਤ ਜੁਲਾਹੇ ਤੋਂ, ਮੈਂ ਨੀਵੀਂ ਜਾਤ ਵਿੱਚ ਰਹਿ ਕੇ ਤੇਰੀ ਇਬਾਦਤ ਕੀਤੀ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਨਖਾਰ। ਆਓ, ਕੱਲ੍ਹ ਜੋ ਅਸਾਂ ਵਿਚਾਰ ਆਰੰਭ ਕੀਤੀ ਸੀ ਕੁਚੱਜੀ ਸੁਚੱਜੀ ਸੰਬੰਧੀ, ਗੁਣਵੰਤੀ ਆਪਾਂ ਸ਼ੁਰੂ ਕੀਤਾ ਸੀ, ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਇਸ ਵਿਚਾਰ ਨੂੰ ਆਪਾਂ ਅੱਗੇ ਸਤਿਗੁਰੂ ਦੀ ਬਖਸ਼ਿਸ਼ ਨਾਲ ਹਜ਼ੂਰ ਕਿਰਪਾ ਕਰਨ ਅੱਗੇ ਆਪ ਵਿੱਚ ਵਰਤ ਕੇ ਕਰਾ ਲੈਣ। ਆਪ ਜਿਤਨੇ ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰ ਹੋ, ਕਿਰਪਾ ਕਰੋ ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਆਪ ਜੀ ਦੇ ਸਨਮੁਖ ਇਹ ਬੇਨਤੀ ਕੀਤੀ ਸੀ ਕਿ ਕੁਚੱਜੀ ਦਾ ਅਰਥ ਹੈ ਕਿ ਜਿਸ ਨੇ ਪਰਮਾਤਮਾ ਦੀਆਂ ਦਾਤਾਂ ਲੈ ਲਈਆਂ। ਭਾਵਾਂ ਇਹਦੇ ਅਰਥ ਅਸੀਂ ਬਾਹਰ ਇਸਤਰੀ 'ਚ ਕਰਨੇ ਹਾਂ। ਮੈਂ ਇਹ ਵੈਸ ਸੈਕਰਾਮੈਂਟੋ ਵੀ ਕਿਹਾ ਸੀ, ਜਦੋਂ ਵੀ ਗੁਰੂ ਗ੍ਰੰਥ ਸਾਹਿਬ 'ਚ ਭਾਵੇਂ ਇਸਤਰੀ ਪ੍ਰਤੀ ਅਤੇ ਮਰਦ ਪ੍ਰਤੀ ਕੋਈ ਸ਼ਬਦ ਆਵੇ ਉਹਦੇ ਅਰਥ ਮੇਲ ਫੇ ਮੇਲ ਲਈ ਵੱਖਰੇ ਨਹੀਂ ਕਰਨੇ, ਉਹਦੇ ਅਰਥ ਸਿਰਫ ਆਤਮਾ ਦੇ ਰੂਪ 'ਚ ਕਰਨੇ ਨੇ। ਇਹ ਨਹੀਂ ਕਿ ਜਿਵੇਂ ਆ ਗਿਆ ਭਈ ਪ੍ਰਾਪਤ ਮਾਨੁਕ ਦੇ ਖੁਰੀਆ, ਜਾਂ ਬੰਦੇ ਖੋਜ ਦੀ ਲਹਰ ਰੋਜ਼ ਆਪਾਂ ਕਹਾਂਗੇ ਤਾਂ ਨਰ ਨੂੰ ਕਿਹਾ ਗਿਆ, ਮਾਦਾ ਨੂੰ ਤਾਂ ਨਹੀਂ ਕਿਹਾ। ਨਹੀਂ, ਗੁਰਬਾਣੀ ਵਿੱਚ ਕੋਈ ਵੀ ਬਚਨ ਗੁਰਦੇਵ ਕਰਦੇ ਆ ਉਹ ਆਤਮਕਤਾ ਲਈ। ਹੁਣ ਕੁਚੱਜੀ ਦਾ ਬਾਹਰਮੁਖੀ ਅਰਥ ਸੀ ਕਿ ਜਿਸ ਨੂੰ ਬਾਹਰ ਦੇ ਘਰੇਲੂ ਕੰਮ ਕਾਰ ਬੈਠਣ ਦਾ ਬੋਲਣ ਦਾ ਕੋਈ ਸਲੀਕਾ ਨਹੀਂ। ਪਰ ਗੁਰਮਤ ਵਿੱਚ ਇਹ ਨਹੀਂ, ਗੁਰਮਤ ਵਿੱਚ ਹਜ਼ੂਰ ਬਖਸ਼ਿਸ਼ ਕਰ ਰਿਹਾ ਕਿ ਕੁਚੱਜੀ ਉਹ ਹੈ ਕਿ ਜਿਹੜੀ ਪਰਮਾਤਮਾ ਦੀ ਦਾਤ ਲੈ ਕੇ ਇਨਸਾਨ ਦਾਤਾਰ ਨੂੰ ਭੁੱਲ ਜਾਂਦਾ ਹੈ। ਸਭ ਤੋਂ ਵੱਡਾ ਕੁਚੱਜਾਪਨ ਇਹ ਹੈ। ਪਰ ਉਸ ਵਿੱਚ ਅਰਦਾਸ ਸੀ, ਉਸ ਤੋਂ ਅੱਗੇ ਸੀ ਸੁਚੱਜੀ, ਅਤੇ ਦਾਸ ਨੇ ਬੇਨਤੀ ਕੀਤੀ ਸੁਚੱਜੀ ਉਹ ਹੈ ਜਿਹੜੀ ਉਸ ਦੇ ਭਾਣੇ ਵਿੱਚ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦੀ ਹੈ। ਅਤੇ ਭਾਣੇ ਦਾ ਮਤਲਬ ਕੇਵਲ ਸੁੱਖ ਨਹੀਂ, ਭਾਣੇ ਦੇ ਅਰਥ ਜੋ ਕੁਝ ਵੀ ਤੈਨੂੰ ਚੰਗਾ ਲੱਗੇ ਉਹ ਮੈਨੂੰ ਵੀ ਚੰਗਾ ਲੱਗੇ, ਜਾਂ ਮੇਰੇ ਨਾਲ ਜੋ ਵਾਪਰ ਰਿਹਾ ਉਹ ਤੈਨੂੰ ਚੰਗਾ ਲੱਗ ਰਿਹਾ ਹੈ। ਉਸ ਤੋਂ ਅਗਲਾ ਅਸੀਂ ਬਚਨ ਲਿਆ ਜੀ ਗੁਣਵੰਤੀ। ਗੁਣਵੰਤੀ ਦੇ ਲਫਜ਼ੀ ਅਰਥ ਆਪਾਂ ਕੀਤੇ ਸਨ ਜੀ ਕਿ ਗੁਣਾਂ ਵਾਲੀ। ਅਤੇ ਕੱਲ੍ਹ ਮੈਂ ਬੇਨਤੀ ਕੀਤੀ ਸੀ ਕਿ ਇਸ ਸੰਸਾਰ ਵਿੱਚ ਦੋਨੋਂ ਚੀਜ਼ਾਂ ਮੌਜੂਦ ਨੇ, ਇੱਥੇ ਔਗਣ ਵੀ ਮੌਜੂਦ ਨੇ ਅਤੇ ਇੱਥੇ ਗੁਣ ਵੀ ਮੌਜੂਦ ਨੇ। ਇਹ
ਹਰ ਇਨਸਾਨ ਦੀ ਆਪੋ ਆਪਣੀ ਅੰਦਰ ਦੀ ਬਿਰਤੀ ਹੈ ਕਿ ਉਹਨੇ ਆਪਣੇ ਅੰਦਰ ਗੁਣਾਂ ਨੂੰ ਗ੍ਰਹਿਣ ਕਰਨਾ ਹੈ ਕਿ ਔਗੁਣਾਂ ਨੂੰ ਇਕੱਠੇ ਕਰਨਾ ਹੈ। ਕੱਲ੍ਹ ਆਪ ਨੂੰ ਪਤਾ ਹੋਵੇ, ਆਪਾਂ ਇਹ ਵੀ ਵਿਚਾਰ ਕੀਤੀ, ਥੋੜ੍ਹੀ ਜਿਹੀ ਮੈਂ ਰਿਪੀਟ ਕਰ ਰਹੀ ਹਾਂ ਕਿ ਇੱਕ ਹੁਨਰ ਨੇ ਬਾਹਰ ਦੇ ਰੋਜ਼ੀ ਕਮਾਉਣ ਵਾਲੇ ਹੁਨਰ ਨੂੰ ਵੀ ਆਪਾਂ ਗੁਣ ਕਹਿੰਦੇ ਹਾਂ। ਉਹ ਕਿਸੇ ਕਿਸਮ ਦਾ ਕਿਸੇ ਖਿੱਤੇ ਵਿੱਚ ਗੁਣ ਹੋ ਸਕਦਾ, ਉਹ ਦਿਮਾਗੀ ਹੁਨਰ ਵੀ ਹੋ ਸਕਦਾ, ਉਹ ਸਰੀਰਕ ਹੁਨਰ ਵੀ ਹੋ ਸਕਦਾ। ਉਹਦੇ ਲਈ ਸ਼ਬਦ ਵਰਤਨੇ ਆ, ਇਹ ਬੰਦਾ ਜੋ ਮਰਜ਼ੀ ਪਰ ਗੁਣੀ ਬੜਾ ਹੈ। ਉਹ ਹੁਨਰ, ਉਹ ਗੁਣ ਸੰਸਾਰ ਵਿੱਚ ਰੋਜ਼ੀ ਰੋਟੀ ਕਮਾਉਣ ਵਿੱਚ, ਸਮਾਜ ਦੇ ਸਿਸਟਮ ਨੂੰ ਚਲਾਉਣ ਵਿੱਚ ਸਹਾਇਕ ਹੋ ਸਕਦੇ ਨੇ, ਪਰ ਉਹਨਾਂ ਗੁਣਾਂ ਦੀ ਰੱਬ ਦੇ ਘਰ 'ਚ ਕੋਈ ਥਾਂ ਨਹੀਂ। ਸੱਚ ਇਵੇਂ ਉਹਦੇ ਘਰ ਵਿੱਚ ਤਾਂ ਕੇਵਲ ਦੇਵੀ ਗੁਣਾਂ ਦੀ ਹੀ ਪ੍ਰਧਾਨਤਾ ਹੈ। ਦੈਵੀ ਗੁਣਾਂ 'ਚ ਅਸੀਂ ਵੇਖਿਆ ਸੀ ਜੀ, ਸਤ, ਸੰਤੋਖ, ਦਇਆ, ਧਰਮ, ਧੀਰਜ, ਖਿਮਾ, ਇਹ ਸਾਰੇ ਦੇ ਸਾਰੇ ਗੁਣ ਜਿਹੜੇ ਨੇ ਇਹ ਦੈਵੀ ਇਹਨਾਂ ਨੂੰ ਗੁਣ ਕਹਿੰਦੇ ਆ। ਹੁਣ ਇਸ ਦੇ ਵਿਪਰੀਤ ਜਿਹੜੇ ਔਗਣ ਨੇ, ਆਪਾਂ ਜੇ ਦੇਖੀਏ, ਜੇ ਸੱਤ ਦੀ ਗੱਲ ਕਰੀਏ ਨਾਲ ਕਹਾਂਗੇ ਝੂਠ, ਸੰਤੋਖ ਦੀ ਗੱਲ ਕਰਾਂਗੇ ਅਤੇ ਨਾਲ ਕਹਾਂਗੇ ਤ੍ਰਿਸ਼ਨਾ, ਜੇ ਧਰਮ ਦੀ ਗੱਲ ਕਰਾਂਗੇ ਅਤੇ ਨਾਲ ਕਰਾਂਗੇ ਅਧਰਮ, ਜੇ ਆਪਾਂ ਖਿਮਾ ਦੀ ਗੱਲ ਕਰਾਂਗੇ ਅਤੇ ਹੰਕਾਰ ਦੇ ਰੂਪ ਵਿੱਚ ਕ੍ਰੋਧ ਦੀ ਗੱਲ ਚੱਲੇਗੀ। ਜਿੱਥੇ ਪਰਮਾਤਮਾ ਨੇ ਦੈਵੀ ਗੁਣ ਪੈਦਾ ਕੀਤੇ ਨੇ ਉੱਥੇ ਪਰਮਾਤਮਾ ਨੇ ਔਗਣ ਵੀ ਪੈਦਾ ਕੀਤੇ ਨੇ। ਪਰ ਗੁਰੂ ਸਾਹਿਬ ਜੀ ਨੇ ਗੁਣਵੰਤੀ ਦਾ ਮਤਲਬ ਕਿ ਜਿਹੜਾ ਆਪਣੀ ਜ਼ਿੰਦਗੀ ਵਿੱਚ ਗੁਣਾਂ ਨੂੰ ਧਾਰਨ ਕਰੇ। ਥੋੜ੍ਹਾ ਜਿਹਾ ਆਓ ਇਸ ਪ੍ਰਸੰਗ ਨੂੰ ਹੋਰ ਅੱਗੇ ਲੈ ਲਈਏ ਅਤੇ ਅੱਜ ਦੇ ਸੰਦਰਭ ਵਿੱਚ ਮੈਂ ਬੇਨਤੀ ਕਰਾਂਗਾ, ਜਿਸ ਵਕਤ ਵਿੱਚ ਆਪਾਂ ਗੁਜ਼ਰ ਰਹੇ ਹਾਂ, ਜਿਸ ਸਮੇਂ ਵਿੱਚ ਆਪਾਂ ਗੁਜ਼ਰ ਰਹੇ ਹਾਂ, ਮੇਰਾ ਨਹੀਂ ਖਿਆਲ ਕਿ ਇਸ ਮੀਡੀਏ ਵਿੱਚ ਕੋਈ ਬੰਦਾ ਦਿਨ 'ਚ ਬਚਿਆ ਹੋਵੇ ਜਿਹਨੂੰ ਕਿਸੇ ਨਾ ਕਿਸੇ ਦਾ ਔਗਣ ਪੋਸਟ ਰਾਹੀਂ, ਕਿਸੇ ਵੀਡੀਓ ਰਾਹੀਂ, ਹਰ ਬੰਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਦਾ ਔਗਣ ਜ਼ਰੂਰ ਰੋਜ਼ ਦੇਖਦਾ ਹੈ। ਇਹ ਸਵੀਕਾਰ, ਮੈਂ ਕਿਹਾ ਕੋਈ ਟਾਵਾਂ ਟਾਵਾਂ ਬਚਿਆ ਹੋਵੇ, ਪਰ ਗੁਰੂ ਸਾਹਿਬ ਜੀ ਨੇ ਬਾਣੀ 'ਚ ਕੀ ਕਿਹਾ? ਅਤੇ ਦਾਸ ਕਈ ਵਾਰੀ ਬੇਨਤੀ ਕਰਦਾ ਕਿ ਭਾਵੇਂ ਗੁਰਬਾਣੀ ਸਾਡੇ ਕੋਲ, ਅਸੀਂ ਗੁਰੂ ਗ੍ਰੰਥ ਸਾਹਿਬ ਦਾ 300 ਸਾਲਾ ਪ੍ਰਕਾਸ਼ ਮਨਾ ਚੁੱਕੇ ਹਾਂ, ਗੁਰਗੱਦੀ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੀ 400 ਸਾਲਾਂ ਮਨਾ ਚੁੱਕੇ ਹਾਂ, ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੱਜ ਤੋਂ ਮੰਨ ਲਓ ਇਹ 2000 ਚੱਲਦਾ ਪਿਆ ਅਤੇ ਤੁਸੀਂ 8 ਸਦੀਆਂ ਪਿਛਾਂ ਚਲੇ ਜਾਓ। ਬੇਨਤੀ ਕਰਾਂ, ਭਗਤ ਜੈਦੇਵ ਜੀ ਦੇ ਜਨਮ ਤੋਂ ਸ਼ੁਰੂ ਕਰੋ, 1170 ਤੋਂ 8-9 ਸਦੀਆਂ ਪਿੱਛੇ ਬਣ ਜਾਣਗੀ। ਇਹਦਾ ਮਤਲਬ ਜਿਹੜੀ ਸਮਾਜ ਵਿੱਚ ਬੰਦੇ ਦੀ ਮਾਨਸਿਕ ਤੌਰ 'ਤੇ ਪਰੇਸ਼ਾਨੀ ਅੱਜ ਤੋਂ 800 ਸਾਲ ਪਹਿਲਾਂ ਸੀ, ਇੰਨੀ ਤਰੱਕੀ ਕਰਨ ਦੇ ਬਾਵਜੂਦ ਵੀ ਬੰਦੇ ਦੇ ਅੰਦਰ ਅੱਜ ਵੀ ਉਹੀ ਪਰੇਸ਼ਾਨੀ ਹੈ। ਜਿਹੜੇ ਔਗਣ ਨੇ ਅੱਜ ਹੀ ਉਸ ਤਰ੍ਹਾਂ ਨੇ। ਆਪਾਂ ਕਦੀ ਕਹਿ ਨਹੀਂ ਸਕਦੇ ਜੀ ਗੁਰਬਾਣੀ ਵਿੱਚ ਜਿਹੜੇ ਔਗਣਾਂ ਦਾ ਜ਼ਿਕਰ ਕੀਤਾ ਇਹ ਤਾਂ ਪੁਰਾਣੀਆਂ ਗੱਲਾਂ ਨੇ। ਮੈਂ ਕਈ ਵਾਰੀ ਸੋਚਣਾ, ਮੈਨੂੰ ਯਾਦ ਹੈ ਸਰਦਾਰ ਕਪੂਰ ਸਿੰਘ ਨਾਲ ਇੱਕ ਮਜ਼ਾਕ 'ਚ, ਬੜੀ ਮਜ਼ਾਕ ਨਾ ਕਹੋ ਜਾਂ, ਉਹਨਾਂ ਨੇ ਇੱਕ ਸ਼ਬਦ ਜਿਹੋ ਜਿਹਾ ਕਿਸੇ ਸਵਾਲ ਕੀਤਾ ਅਤੇ ਉਹਦਾ ਹੀ ਉੱਤਰ ਦਿੱਤਾ। ਸਰਦਾਰ ਕਪੂਰ ਸਿੰਘ ਉਹਨਾਂ ਨੂੰ ਕਿਸੇ ਕਿਹਾ ਸੀ ਕਿ ਤੁਸੀਂ ਸ਼ਬਦ ਦੀ, ਬਾਣੀ ਦੀ, ਰਹਿਤ ਦੀ, ਆ ਜਿਹੜੀ ਸਿੱਖੀ ਦੀ ਗੱਲ ਕਰਦੇ ਹੋ ਨਾ, ਉਹ ਕਹਿੰਦਾ ਸਮਾਂ ਬਦਲ ਚੁੱਕਾ, ਇਹ ਗੱਲਾਂ ਬੜੀਆਂ ਪੁਰਾਣੀਆਂ ਨੇ, ਇਹ ਸ਼ਬਦ ਕਹਿ ਗੱਲਾਂ ਬੜੀਆਂ ਪੁਰਾਣੀਆਂ ਨੇ। ਸਰਦਾਰ ਸਾਹਿਬ ਨੇ ਹੱਸ ਕੇ ਕਿਹਾ, ਕਹਿਣ ਲੱਗੇ ਮੂਰਖਤਾ ਵੀ ਬੜੀ ਪੁਰਾਣੀ ਹੈ, ਤੂੰ ਤਾਂ ਛੱਡੀ ਨਹੀਂ ਅਜੇ ਤੀਕਰਾਂ। ਉਹ ਕਹਿੰਦਾ ਜੀ ਮੂਰਖਤਾ ਹੀ ਬੜੀ ਪੁਰਾਣੀ, ਮੈਂ ਨਹੀਂ ਛੱਡੀ, ਮੈਂ ਤੁਹਾਨੂੰ ਕੁਐਸਚਨ ਹੋਰ ਕਰ ਰਿਹਾ ਵੀ ਇਹ ਪੁਰਾਣੀਆਂ ਗੱਲਾਂ। ਅਤੇ ਉਹ ਹੱਸ ਕੇ ਕਹਿੰਦੇ ਨੇ ਤੇਰੇ ਵਰਗੇ ਮੂਰਖ ਉਦੋਂ ਵੀ ਖਏ ਸਨ ਜਦੋਂ ਮਹਾਰਾਜ ਨੇ ਸਭ ਕੁਝ ਦਿੱਤਾ ਸੀ। ਕਹਿਣ ਲੱਗੇ ਮੂਰਖਤਾ ਹੀ ਉਦੋਂ ਦੀ ਚੱਲੀ ਆ ਰਹੀ ਹੈ। ਮੈਂ ਇੱਕ ਬੇਨਤੀ ਕਰਾਂਗਾ, ਜਿਹੜੇ ਔਗਣਾਂ ਨੂੰ ਅੱਜ ਸਮਾਜ ਖਾ ਰਿਹਾ ਇਹ ਔਗਣ 800-900 ਸਾਲ ਪਹਿਲਾਂ ਵੀ ਨੇ। ਜੇ ਆਪਾਂ ਹੋਰ ਬਾਣੀ 'ਚੋਂ ਅੱਗੇ ਚੱਲੀਏ ਤਾਂ ਗੁਰਮੁਖੋ ਯੁੱਗਾਂ ਪਹਿਲਾਂ, ਸਦੀਆਂ ਵੀ ਛੱਡੋ, ਯੁੱਗਾਂ ਪਹਿਲਾਂ ਵੀ ਇਹ ਔਗਣ ਸਨ। ਇੰਦਰ ਵਿੱਚ ਕਿੱਡਾ ਵੱਡਾ ਔਗਣ ਸੀ ਜੀ, ਬ੍ਰਹਮਾ ਵਿੱਚ ਕਿੱਡਾ ਵੱਡਾ ਔਗਣ ਸੀ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀਆਂ ਗੱਲਾਂ ਨੇ ਜੀ। ਗੋਤਪ ਤਪੇ ਦੀ ਇਸਤਰੀ 'ਤੇ ਲੁਭਾਏ ਮਾਣ ਹੋ ਜਾਣਾ ਇੰਦਰ ਦਾ, ਇਹ ਗੁਨਾਹ ਸੀ। ਬ੍ਰਹਮਾ ਵਰਗੇ ਆਪਣੀ ਬੇਟੀ 'ਤੇ ਲੁਭਾਏ ਮਾਣ ਹੋ ਜਾਣਾ, ਵਾਹਿਗੁਰੂ ਜੀ ਬਖਸ਼ ਦਿਓ। ਔਗਣ ਬੜੇ ਸਦੀਆਂ ਯੁੱਗਾਂ ਪੁਰਾਣੇ ਨੇ, ਪਰ ਗੁਰੂ ਸਾਹਿਬ ਨੇ ਇੱਕ ਤਰੀਕਾ ਦੱਸਿਆ, ਇਹਦਾ ਮਤਲਬ ਨਹੀਂ ਔਗਣ ਅਸੀਂ ਅਪਣਾਉਣੇ ਨੇ। ਹਜ਼ੂਰ ਕਹਿੰਦੇ ਨੇ ਯਾਦ ਰੱਖ, ਆਪਣੀ ਜ਼ਿੰਦਗੀ ਵਿੱਚ ਗੁਣਾਂ ਦੀ ਸਾਂਝ ਕਰੀ ਜਾਏਗਾ ਅਤੇ ਤੂੰ ਵੀ ਇੱਕ ਦਿਨ ਗੁਣਵੰਤਾ ਜਾਂ ਗੁਣਵੰਤੀ ਬਣ ਜਾਏਗਾ। ਗੁਰੂ ਨਾਨਕ ਸਾਹਿਬ ਦਾ ਸ਼ਬਦ ਅਸੀਂ ਥੋੜ੍ਹਾ ਜਿਹਾ ਲੈ ਲਈਏ ਗੁਣਾਂ ਬਾਰੇ।
ਫਿਰ ਅੱਗੇ ਸ਼ੁਰੂ ਕਰਨਾ ਜੋ ਦਿਸੈ ਗੁਰਸਿੱਖੜਾ ਗੁਣਵੰਤੀ, ਗੁਰਸਿੱਖ ਗੁਣਵੰਤੀ ਹੈ, ਇਹ ਔਗੁਣਵੰਤਾ ਨਹੀਂ। ਗੁਰੂ ਸਾਹਿਬ ਦਾ ਬਚਨ ਹੈ ਸਤਿਗੁਰਾਂ ਦਾ, ਹਜ਼ੂਰ ਨੇ ਫੁਰਮਾਇਆ, ਕਹਿਣ ਲੱਗੇ ਜਿੰਨੇ ਵੀ ਔਗਣ ਬੰਦੇ ਨੇ ਬਸ ਇਹਨਾਂ ਸਾਰੇ ਔਗਣਾਂ ਨੂੰ, ਮੈਂ ਔਗਣਾਂ ਦਾ ਜ਼ਿਕਰ ਕਰ ਦਿੱਤਾ ਜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਬਖੀਲੀ, ਇਹ ਤਾਂ ਸਭ ਨੂੰ ਪਤਾ ਹੈ। ਅਤੇ ਹੈਰਾਨਗੀ ਦੀ ਗੱਲ ਹੈ ਇਹਦਾ ਕੋਰਸ ਕੋਈ ਨਹੀਂ, ਇਹ ਸਿੱਖਣੇ ਕਿਤੋਂ ਨਹੀਂ ਪੈਂਦੇ, ਕਿਸੇ ਵਿਦਿਆਲਿਆ ਵਿੱਚ ਨਹੀਂ ਜਾਣਾ ਪੈਂਦਾ, ਇਹ ਆਪਣੇ ਆਪ ਹੀ ਬੰਦੇ ਦੇ ਅੰਦਰੋਂ ਫੁਰਨਿਆਂ ਰਹੀਂ ਉਮਗਦੇ ਨੇ ਅਤੇ ਕਰਮ ਬਣਨੇ ਸ਼ੁਰੂ ਹੋ ਜਾਂਦੇ ਨੇ, ਗੁਣਾਂ ਵਾਸਤੇ ਜ਼ਿੰਦਗੀ ਲੱਭ ਜਾਂਦੀ ਹੈ, ਔਗੁਣਾਂ ਪਿੱਛੇ ਬੰਦੇ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਫਿਰ ਬੇਨਤੀ ਸੁਣਿਓ, ਗੁਣ ਲੈਣ ਲਈ ਜ਼ਿੰਦਗੀ ਲੱਗ ਜਾਂਦੀ ਹੈ, ਔਗਣ ਜ਼ਿੰਦਗੀ ਨੂੰ ਖਾ ਜਾਂਦੇ ਨੇ। ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਨਾਨਕ ਔਗਣ ਜੇਤੜੇ ਜਿੰਨੇ ਵੀ ਔਗਣ ਨੇ, ਤੇਤੇ ਗਲੀ ਜੰਜੀਰ, ਇਸ ਤਰ੍ਹਾਂ ਜਿਵੇਂ ਲੋਹੇ ਦੀਆਂ ਜ਼ੰਜੀਰਾਂ ਕਿਸੇ ਨੇ ਗਲ ਪਾ ਦਿੱਤੀਆਂ ਹੋਣ ਸੰਗਲ, ਅਤੇ ਗਲ ਵਿੱਚ ਪੈਰਾਂ ਵਿੱਚ ਲੋਹੇ ਦੇ ਸੰਗਲ ਪਏ ਹੋਣ, ਤਾਂ ਬੰਦਾ ਜਾਏਗਾ ਕਿੱਥੇ? ਹਜ਼ੂਰ ਕਹਿੰਦੇ ਨੇ ਇਹਨਾਂ ਲੋਹੇ ਦੇ ਸੰਗਲਾਂ ਨੂੰ ਕੱਟਣ ਵਾਸਤੇ ਕੋਈ ਵੀ ਚੀਜ਼ ਕੰਮ ਨਹੀਂ ਕਰੇਗੀ। ਮਹਾਰਾਜ ਕੀ ਕਹਿਣ ਲੱਗੇ, ਇਹ ਜਿਹੜੇ ਔਗਣਾਂ ਦੇ ਸੰਗਲ ਨੇ, ਇਸ ਲੋਹੇ ਨੂੰ ਕੱਟਣ ਵਾਸਤੇ ਲੋਹਾ ਹੀ ਚਾਹੀਦਾ ਹੈ, ਜਿਵੇਂ ਸੰਗਲ ਨੂੰ ਕੱਟਣ ਵਾਸਤੇ ਸ਼ੈਣੀ, ਸ਼ੈਣੀ ਥੌੜਾ ਸੰਗਲ ਨੂੰ ਕੱਟ ਦਿੰਦਾ, ਲੋਹੇ ਦੀ ਆਰੀ ਸੰਗਲ ਨੂੰ ਕੱਟ ਦਿੰਦੀ ਹੈ। ਜਿਹੜੇ ਤੇਰੇ 'ਚ ਔਗਣ ਜੰਜੀਰਾਂ ਸੰਗਲ ਬਣੇ ਨੇ, ਜੇ ਗੁਣ ਗ੍ਰਹਿਣ ਕਰਨੇ ਸ਼ੁਰੂ ਕਰ ਦੇਗਾ, ਗੁਣ ਔਗਣਾਂ ਦੀਆਂ ਜੰਜੀਰਾਂ ਨੂੰ ਆਪਣੇ ਆਪ ਹੀ ਤੋੜ ਦਿੰਦੇ। ਜਿੱਥੇ ਗੁਣ ਆ ਜਾਏ ਉੱਥੇ ਔਗਣ ਗਿਆ। ਹਜ਼ੂਰ ਨੇ ਫਰਮਾਇਆ, ਫਿਰ ਬੇਨਤੀ ਹੈ ਜੀ, ਦਾਤਾ ਜੀ ਨੇ ਬਖਸ਼ਿਸ਼ ਕੀਤੀ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਕਹਿੰਦੇ ਨੇ ਗੁਣ ਇਸ ਤਰ੍ਹਾਂ ਨੇ ਜਿਵੇਂ ਮਾਂ ਜਾਏ ਭੈਣ ਭਰਾ ਹੁੰਦੇ ਨੇ, ਜਿਸ ਬੰਦੇ ਕੋਲ ਗੁਣ ਹੋਣਗੇ ਪਿਆਰਿਓ, ਔਗਣ ਆਪਣੇ ਆਪ ਹੀ ਉਹਦਾ ਸਾਥ ਛੱਡੀ ਜਾਂਦੇ ਆ। ਇੱਕ ਹੋਰ ਬੇਨਤੀ, ਇੱਕੋ ਦਮ ਬੰਦਾ ਉਹਦੀ ਨਦਰ ਹੋ ਜਾਏ, ਫਿਰ ਕੋਈ ਨਹੀਂ, ਨਦਰ ਸਾਹਮਣੇ ਕੋਈ ਕਥਾ ਨਹੀਂ ਚੱਲਦੀ ਜੀ। ਨਦਰ ਸਾਹਮਣੇ ਕਿਸੇ ਨੂੰ ਪਤਾ ਸੀ ਜੀ, ਮੈਂ ਇੱਕ ਵਾਰ ਕਿਹਾ ਕਿ ਭਾਈ ਵਿਧੀ ਚੰਦ ਅੱਜ ਰਾਤ ਸੋਚਦਾ ਵੀ ਜਦੋਂ ਪਿੰਡ ਸੌਂ ਗਿਆ, ਮੈਂ ਰਾਤ ਨੂੰ ਮੱਝਾਂ ਖੋਲਣੀਆਂ ਨੇ, ਦਿਨੇ ਉਹਨੇ ਤਾੜ ਲਿਆ ਕਿ ਫਲਾਣੇ ਫਲਾਣੇ ਘਰ ਦੀਆਂ ਮੱਝਾਂ ਆਹ ਚੰਗੀਆਂ ਚੰਗੀਆਂ ਮੈਂ ਰਾਤ ਨੂੰ ਖੋਲਣੀਆਂ ਨੇ। ਬਿਲਕੁਲ ਉਹਨੂੰ ਕੋਈ ਪਤਾ ਨਹੀਂ ਕਿ ਅੱਜ ਰਾਤ ਤੋਂ ਬਾਅਦ ਇਹ ਔਗਣ ਮੇਰਾ ਸਦੀਵ ਕਾਲ ਲਈ ਮੁੱਕ ਜਾਣਾ। ਗੁਰਮੁਖੋ, ਰਾਤ ਔਗਣ ਕੀਤਾ ਚੋਰੀ ਕਰਨ ਦਾ, ਉਸੇ ਰਾਤ ਹੀ ਬਾਬਾ ਅਦਲੀ ਜੀ ਦੀ ਸੰਗਤ ਮਿਲੀ, ਸਵੇਰ ਤੱਕ ਭਾਈ ਵਿਧੀ ਚੰਦ ਜੀ ਗੁਣਾਂ ਦੇ ਗ੍ਰਹਿਤਾ ਬਣ ਚੁੱਕੇ ਸਨ। ਮੈਂ ਤਾਂ ਕਿਹਾ ਵੀ ਇਹ ਉਹਦੀ ਬਖਸ਼ਿਸ਼ ਦਾ ਪਤਾ ਨਹੀਂ। ਫਿਰ ਧਿਆਨ ਨਾਲ ਸੁਣਿਓ ਜੋ ਅਰਜ਼ ਮੈਂ ਕਰਨਾ ਪਿਆ, ਕਿ ਜਿਹੜੇ ਔਗਣ ਨੇ ਜਿਉਂ ਜਿਉਂ ਗੁਣ ਅੰਦਰ ਆਉਣ ਲੱਗ ਪੈਣ, ਜਿਵੇਂ ਮੈਂ ਅਰਜ਼ ਕੀਤੀ ਲੋਹੇ ਦੀ ਜ਼ੰਜੀਰ ਨੂੰ ਲੋਹੇ ਦੀ ਸ਼ੈਣੀ ਹਥੌੜਾ ਕੱਟਦਾ ਹੈ, ਲੋਹੇ ਦੀ ਆਰੀ ਕੱਟਦੀ ਹੈ, ਔਗਣਾਂ ਨੂੰ ਡਾਂਗਾਂ ਨਾਲ, ਔਗਣਾਂ ਨੂੰ ਕਿਰਪਾਨਾਂ ਨਾਲ, ਜਿੰਨਾ ਮਰਜ਼ੀ ਤੁਸੀਂ ਕਿਸੇ ਨੂੰ ਭਾਵੇਂ ਬਾਹਰ ਮੁਖੀ ਸਜ਼ਾ ਦੇ ਦਿਓ, ਚੇਤੇ ਰੱਖਿਓ ਬੰਦਾ ਡਰ ਕੇ ਕਰਮ ਨਹੀਂ ਕਰੇਗਾ, ਪਰ ਅੰਦਰ ਉਹਦੇ ਫੁਰਨੇ ਡਾਂਗਾਂ ਨਾਲ ਨਹੀਂ ਕਦੀ ਮਰਦੇ ਹੁੰਦੇ, ਉਹਦੇ ਅੰਦਰ ਦੇ ਖਿਆਲ ਕਿਵੇਂ ਮਰਨਗੇ? ਜਿੱਥੇ ਗੁਣ ਆਉਣੇ ਸ਼ੁਰੂ ਹੋਣਗੇ ਔਗਣ ਨਿਕਲ ਲੱਗ ਪੈਣਗੇ। ਗੁਰਮੁਖ ਪਿਆਰੇ ਭਾਈ ਸਾਹਿਬ ਲਿਖਦੇ ਆ, ਵੀਰ ਸਿੰਘ ਉਹ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਜਿਸ ਪਰਾਤ ਵਿੱਚ, ਪਰਾਤ ਸ਼ਬਦ ਆਪਾਂ ਸਮਝ 'ਚ ਆਟਾ ਗੁੰਨੇ, ਜਿਸ ਭਾਂਡੇ ਵਿੱਚ ਮੈਲ ਪਈ ਹੋਵੇ ਉਹਨੂੰ ਤੁਸੀਂ ਮੋਹਲੇ ਤਾਰ ਬਾਰਿਸ਼ ਵਿੱਚ ਬਾਹਰ ਰੱਖ ਦਿਓ, ਜਿੰਨੀ ਤੇਜ਼ ਬਾਰਿਸ਼ ਉਸ ਬਰਤਨ ਵਿੱਚ ਪਏਗੀ, ਤੁਸੀਂ ਦੇਖੋਗੇ ਕਿ ਮੈਲ ਹੀ ਬਾਹਰ ਨਿਕਲੀ ਜਾਏਗੀ, ਨਿਰਮਲ ਪਾਣੀ ਅੰਦਰ ਟਿਕੀ ਜਾਏਗਾ, ਇੱਕ ਸਮਾਂ ਐਸਾ ਆਏਗਾ ਸਾਰੀ ਪਰਾਤ ਵਿੱਚੋਂ ਮੈਲ ਖਤਮ ਹੋ ਜਾਏਗੀ, ਨਿਰਮਲ ਪਾਣੀ ਟਿਕ ਜਾਏਗਾ। ਕਹਿੰਦੇ ਨੇ ਇੱਕ ਇੱਕ ਗੁਣ ਵੀ ਗ੍ਰਹਿਣ ਕਰਨਾ ਸ਼ੁਰੂ ਕਰ ਦਿਓ, ਔਗਣ ਆਪਣੇ ਆਪ ਵਿੱਚੋਂ ਨਿਕਲਣੇ ਸ਼ੁਰੂ ਹੋ ਜਾਂਦੇ ਆ, ਜਿਵੇਂ ਬਾਰਿਸ਼ ਨਾਲ ਮੈਲ ਬਾਹਰ ਨਿਕਲ ਜਾਂਦੀ ਹੈ। ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਜਿਹੜੇ ਗੁਣ ਨੇ ਇਹ ਭੈਣਾਂ ਭਰਾਵਾਂ ਦੀ ਤਰ੍ਹਾਂ ਨੇ। ਇਸ ਤੋਂ ਅਗਲੀ ਬੇਨਤੀ ਕਰਾਂ, ਹਰ ਚੀਜ਼ ਵਿੱਚ ਰੱਬ ਨੇ ਦੋਨੋਂ ਚੀਜ਼ਾਂ, ਦੋਨੋਂ ਗੱਲਾਂ ਰੱਖੀਆਂ। ਕੱਲ੍ਹ ਮੈਂ ਇੱਕ ਅਰਜ਼ ਆਪ ਜੀ ਨੂੰ ਕੀਤੀ ਸੀ, ਇੱਥੇ ਬੈਠੇ ਮਨ 'ਚ ਖਿਆਲ ਆਇਆ ਕਿ ਜਿਹੜੀਆਂ ਗੱਲਾਂ ਨੂੰ ਸਤਿਗੁਰੂ ਨੇ ਔਗਣ ਦੇ ਰੂਪ 'ਚ ਕਿਹਾ, ਬੰਦਿਆ ਤੂੰ ਬਚੀ, ਜਿੱਥੇ ਕੱਲ੍ਹ ਆਪਾਂ ਕਥਾ ਛੱਡੀ ਸੀ, ਅਤੇ ਜਦੋਂ ਉਹਨਾਂ ਔਗਣਾਂ ਦੀ ਗੱਲ ਕਰਦਿਆਂ ਕਿਹਾ ਵੀ ਆਹ ਇਹਦੇ ਸਨ, ਇਹਦਾ ਹਸ਼ਰ ਇਹ ਹੋਇਆ, ਅਤੇ ਉਹਨਾਂ ਹੀ ਚੀਜ਼ਾਂ ਨੂੰ ਸਤਿਗੁਰੂ ਨੇ ਪਲਟ ਕੇ ਕਿਹਾ ਆਹ ਇਹਦੇ 'ਚ ਗੁਣ ਨੇ, ਤੂੰ ਗੁਣ ਧਾਰਨ ਕਰ ਲੈ। ਕੱਲ੍ਹ ਮੈਂ ਅਰਜ਼ ਕੀਤੀ ਸੀ, ਪੰਜ ਜੀਵਾਂ ਦਾ ਜ਼ਿਕਰ
ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਧਿਆਤਮਿਕਤਾ ਦਾ ਜੋ ਗੁਰਮਤ ਦਾ ਕਨਸੈਪਟ ਹੈ, ਪੰਜ ਜੀਵਾਂ ਦਾ ਜ਼ਿਕਰ ਗੁਰਬਾਣੀ ਬਹੁਤ ਕਰਦੀ ਹੈ। ਮੈਂ ਅਰਜ਼ ਕੀਤੀ ਸੀ, ਇੱਕ ਮਿਰਗ, ਦੂਜੀ ਮੱਛੀ, ਤੀਜਾ ਭਵਰਾ, ਚੌਥਾ ਆ ਭੰਬਟ ਪਤੰਗਾ ਪਰਵਾਨਾ ਜਿਹਨੂੰ ਕਹਿੰਦੇ ਹਾਂ, ਅਤੇ ਪੰਜਵਾਂ ਹਾਥੀ, ਇਸ ਤਰ੍ਹਾਂ ਹੈ ਨਾ ਜੀ। ਅਤੇ ਮੈਂ ਕੱਲ੍ਹ ਕਿਹਾ ਸੀ, ਮਹਾਰਾਜ ਨੇ ਕਿਹਾ ਮ੍ਰਿਗ ਮੀਨ ਭ੍ਰਿਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਸੋ ਦੋਖ ਆਸਾਧ ਜਾਮੈ ਤਾਂ ਕੀ ਕੇਤਕ ਆਸ। ਇਹਦੀ ਡਿਟੇਲ ਨਾਲ ਕਥਾ ਦੀ ਲੋੜ ਨਹੀਂ। ਇਹਨਾਂ ਜੀਵਾਂ ਨੂੰ ਸਿਰਫ ਇੱਕ ਇੱਕ ਔਗੁਣ ਹੈ, ਹਰਨ ਨੂੰ ਸੁਣ ਦਾ, ਪਤੰਗੇ ਨੂੰ ਅੱਖਾਂ ਦਾ, ਭਵਰੇ ਨੂੰ ਨੱਕ ਦਾ, ਮੱਛੀ ਨੂੰ ਜੀਭ ਦਾ, ਹਾਥੀ ਨੂੰ ਸਕਿਨ ਦਾ। ਤਿੰਨੇ ਜਿਹੜੇ ਨੇ ਇੱਕ ਇੱਕ ਔਗਣ ਵਿੱਚ ਉਲਾਰੂ ਹੋ ਜਾਣ ਅਤੇ ਤਿੰਨਾਂ ਦਾ ਅੰਤ ਮੌਤ ਹੁੰਦਾ ਹੈ। ਅਤੇ ਕਮਾਲ ਦੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਜੀ ਨੇ ਜਦੋਂ ਸੰਤ ਦੀ ਰੱਬ ਨਾਲ ਪ੍ਰੀਤ ਦਾ ਜ਼ਿਕਰ ਕੀਤਾ, ਕਮਾਲ ਦੀ ਗੱਲ ਇਹਨਾਂ ਦੇ ਔਗਣਾਂ ਨੂੰ ਗੁਣਾਂ ਦੇ ਰੂਪ ਵਿੱਚ ਪੇਸ਼ ਕਰ ਦਿੱਤਾ। ਫਿਰ ਸੁਣਿਓ ਇਸ ਬੇਨਤੀ ਨੂੰ ਧਿਆਨ ਨਾਲ, ਹੈਨ ਔਗਣ। ਮੈਂ ਇਹ ਕਥਾ ਕਰਕੇ ਕਹਾਂਗਾ ਵੀ ਔਗਣ, ਪਰ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ, ਜਿਉ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਖੂਣਾ ਚਾਤਰੀ ਕੋ ਕਿਉਂ ਕਰ ਤ੍ਰਿਪਤਾਵੈ। ਚਲੋ ਤੀਜਾ ਸ਼ਬਦ, ਨਾਦ ਕੁਰੰਕੈ ਵੇਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ, ਤੂੰ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਮਨ 'ਚ ਆਏਗਾ ਵੀ ਇਹਦੇ 'ਚ ਤਾਂ ਮੱਛੀ ਦਾ ਜ਼ਿਕਰ ਜਾਂ ਚਾਤਰਿਕ ਦਾ ਆ ਗਿਆ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਸ਼ਹੀਦ ਹੁੰਦੇ, ਪੂਰੇ ਗੁਰੂ ਗ੍ਰੰਥ ਸਾਹਿਬ 'ਚ ਮਹਾਰਾਜ ਜੀ ਸ਼ਹਾਦਤ ਦਾ ਜ਼ਿਕਰ ਨਹੀਂ, ਇਹ ਆਪ ਨੂੰ ਪਤਾ ਹੋਣਾ ਹੈ। ਭਾਈ ਗੁਰਦਾਸ ਸਾਹਿਬ ਨੇ ਵੀ ਤਸੀਆਂ ਦਾ ਜ਼ਿਕਰ ਨਹੀਂ ਕੀਤਾ ਡਿਟੇਲ ਨਾਲ। ਈਵਨ ਕਿ ਬਚਿੱਤਰ ਨਾਟਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹਾਦਤ ਦਾ ਜ਼ਿਕਰ ਹੈ, ਪਰ ਗੁਰੂ ਅਰਜਨ ਦੇਵ ਦਾ ਜਾਂ ਨਹੀਂ। ਪਰ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਬੜੇ ਰਮਜ਼ ਭਰੇ ਤਰੀਕੇ ਨਾਲ ਬਿਆਨ ਕੀਤਾ ਹੈ। ਸੁਣੋ ਇਸ ਬੇਨਤੀ ਨੂੰ, ਵਿਸ਼ਾ ਆਪਣੇ ਕਿ ਜਿਸ ਵਿੱਚ ਔਗਣ ਨੇ ਉਸ ਵਿੱਚ ਗੁਣ ਵੀ ਨੇ, ਗੁਰੂ ਨੇ ਔਗਣਾਂ ਨੂੰ ਵੀ ਗੁਣ 'ਚ ਪਲਟ ਕੇ ਕਹਿ ਦਿੱਤਾ, ਤੂੰ ਇਸ ਤਰ੍ਹਾਂ ਜ਼ਿੰਦਗੀ ਜੀ ਲੈ। ਇੱਕ ਬਚਨ ਹੈ, ਰਹਿੰਦੇ ਗੁਰ ਦਰਿਆਉ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸੁਰਤ ਸ਼ਬਦ ਲਈ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਆਣੀ, ਚਰਨ ਕਮਲ ਮਿਲ ਭਵਰ ਜਿਉਂ ਸੁੱਖ ਸੰਪਟ ਵਿੱਚ ਰਹਿਣ ਵਿਖਾਣੀ, ਗੁਰ ਉਪਦੇਸ਼ ਨਾ ਵਿਸਰੈ ਬਾਹ ਬੀਏ ਜਿਉਂ ਆਖ ਵਿਖਾਣੀ। ਹੁਣ ਪੰਜ ਜੀਵਾਂ ਦਾ ਮੈਂ ਜ਼ਿਕਰ ਕੀਤਾ ਹੈ, ਅਤੇ ਆਪ ਕਹਿ ਸਕਦੇ ਹੋ ਹੁਣੇ ਤਾਂ ਭਾਈ ਸਾਹਿਬ ਤੁਸੀਂ ਇਹਨਾਂ ਦੇ ਔਗਣਾਂ ਨੂੰ ਕਰ ਰਹੇ ਸੀ। ਗੁਰੂ ਅਰਜਨ ਦੇਵ ਇਸ ਤਰ੍ਹਾਂ ਗੁਰੂ ਵਿੱਚ ਸਮਾਏ ਹੋਏ ਨੇ, ਕਹਿਣ ਲੱਗੇ ਜਿਵੇਂ ਮੱਛੀ ਪਾਣੀ ਦੇ ਵਿੱਚ ਸਮਾਈ ਹੋਈ ਹੈ। ਪਰ ਉਠਸਾ ਕੱਪਾ ਕਹਿ ਸਕਦੇ ਹਾਂ, ਮੱਛੀ 'ਚ ਔਗਣ ਜੀਵ ਦਾ, ਤੁਸੀਂ ਔਗਣ ਵਾਲੇ ਦਾ ਜ਼ਿਕਰ ਕਿਉਂ ਕਰ ਰਹੇ ਹੋ? ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਅਗਲੀ ਗੱਲ, ਭਵਰੇ ਦਾ ਆ ਮਿਰਗ ਦਾ ਘੰਡੇ ਖੇੜੇ ਨਾਲ ਸੌਣ ਦਾ ਸੁਣ ਦਾ ਇੱਕ ਔਗਣ ਹੈ, ਪਰ ਉੱਥੇ ਕਹਿੰਦੇ ਨੇ ਗੁਰੂ ਅਰਜਨ ਦੇਵ ਇਸ ਤਰ੍ਹਾਂ ਇਹਨਾਂ ਦੇ ਸ਼ਬਦ ਵੀ ਜੁੜੇ ਹੋਏ ਨੇ, ਜਿਵੇਂ ਮਿਰਗ ਦੇ ਸੀਨੇ ਦੇ ਵਿੱਚ, ਮਿਰਗ ਦੇ ਸਰੀਰ 'ਚ ਤੀਰ ਵੱਜਾ ਹੋਵੇ, ਉਹ ਵੱਜੇ ਤੀਰ ਨਾਲ ਵੀ ਜ਼ਖਮੀ ਹੋਇਆ, ਘੰਡੇ ਖੇੜੇ ਦੀ ਆਵਾਜ਼ ਵੀ ਚੱਲਿਆ ਜਾਂਦਾ ਹੈ, ਗੁਰੂ ਅਰਜਨ ਦੇਵ ਤੱਤੀ ਤਵੀ 'ਤੇ ਬੈਠਾ ਵੀ ਇਹਨਾਂ ਦੇ ਸ਼ਬਦ ਸੁਣਦਾ ਪਿਆ। ਮੇਰੀ ਅਰਜ਼ ਹੈ ਜੀ, ਦੇਖੋ ਪਲਟ ਦਿੱਤਾ ਔਗਣ ਨੂੰ ਨਾ, ਇਸ ਗੁਣ ਨੂੰ ਗ੍ਰਹਿਣ ਕਰ। ਜਿਉਂ ਮੱਛੀ ਮਹਾਰਾਜ ਨੇ ਕਿਹਾ, ਰਹਿੰਦੇ ਗੁਰ ਦਰਿਆਉ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ। ਜਿਵੇਂ ਇੱਕ ਪਤੰਗਾ, ਅਸੀਂ ਕਹਾਂਗੇ ਅੱਖਾਂ ਦਾ ਰੋਗ, ਇਹਨੂੰ ਔਗਣ ਹੈ ਕਿ ਪਤੰਗਾ ਅੱਖਾਂ ਕਰਕੇ ਸੜ ਗਿਆ, ਪਰ ਕਹਿੰਦੇ ਨੇ ਗੁਰੂ ਅਰਜਨ ਦੇਵ ਤੁਸੀਂ ਤੱਤੀ ਤਵੀ 'ਤੇ ਬੈਠਦੇ ਹੋ, ਅਤੇ ਜਦੋਂ ਤੁਹਾਡੇ ਨੇਤਰ ਖੁੱਲ੍ਹਦੇ ਨੇ, ਇੱਕ ਟਿੱਕ ਨੇਤਰ ਆਪਣੇ ਸਾਈਂ ਦੇ ਦੀਦਾਰ ਜਿਵੇਂ ਪਾ ਰਹੇ ਆ, ਇੰਝ ਲੱਗਦਾ ਜਿਵੇਂ ਇੱਕ ਪਤੰਗਾ ਦੀਵੇ ਤੋਂ ਕੁਰਬਾਨ ਜਾਂਦਾ ਪਿਆ ਹੈ। ਬੇਨਤੀ ਕਰੋ, ਉੱਥੇ ਮਹਾਰਾਜ ਨੇ ਸ਼ਬਦ ਵਰਤੇ ਨੇ ਕਿ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸੁਰਤ ਸ਼ਬਦ ਲਈ ਮਿਰਗ ਜਿਉਂ ਭੀੜ ਪਈ ਚਿੱਤ ਅਵਰ ਨਾ ਆਣੀ, ਚਰਨ ਕਮਲ ਮਿਲ ਭਵਰ ਜਿਉਂ ਸੁੱਖ ਸੰਪਟ ਵਿੱਚ ਰਹਿਣ ਵਿਖਾਣੀ। ਜਿਵੇਂ ਭਵਰਾ ਸੁਗੰਧੀ ਦਾ ਲੁਭਾਏ ਮਾਨ, ਕਮਲ ਦੇ ਫੁੱਲ ਵਿੱਚ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਗੁਰੂ ਅਰਜਨ ਦੇਵ ਜੀ, ਤੁਸੀਂ ਭਵਰੇ ਦਾ ਇੱਕ ਗੁਣ ਲੈ ਲਿਆ। ਮੈਂ ਅਰਜ਼ ਕੀਤੀ ਹੈ, ਔਗਣ ਦੱਸਿਆ ਕਿ ਤੁਸੀਂ ਜਿਵੇਂ ਉਹ ਫੁੱਲ ਵਿੱਚ ਸਮਾਧੀ ਸਥਿਤ ਹੋ ਗਿਆ, ਉਹਦੀ ਮੌਤ ਹੋ ਗਈ, ਪਰ ਤੁਸੀਂ ਤੱਤੀ ਤਵੀ 'ਤੇ ਬੈਠੇ ਇਸ ਤਰ੍ਹਾਂ ਸਮਾਧੀ 'ਚੋਂ ਜਿਵੇਂ ਭਵਰਾ ਕਮਲ 'ਚ, ਅਤੇ ਤੁਸੀਂ ਰੱਬ ਦੇ ਚਰਨ ਕਮਲਾਂ ਨਾਲ ਜੁੜੇ ਹੋ। ਮੇਰੇ ਕਹਿਣ ਤੋਂ ਮੁਰਾਦ ਇਹ ਜੀ, ਗੁਰਬਾਣੀ ਨੂੰ ਆਪ ਬਰੀਕੀ ਨਾਲ ਪੜ੍ਹੋਗੇ, ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ
ਔਗਣਾਂ ਨੂੰ ਵੀ ਗੁਣਾਂ 'ਚ ਪਲਟ ਦਿੰਦਾ। ਇੱਕ ਮੈਂ ਉਦਾਹਰਨ ਆਪ ਜੀ ਨੂੰ ਹੋਰ ਦੇ ਦਿੰਦਾ, ਕਿਉਂਕਿ ਗੁਣ ਗ੍ਰਹਿਣ ਕਰਨ ਵਾਸਤੇ ਹਉਮੈ ਮਾਰਨੀ ਪੈਂਦੀ ਹੈ। ਹੰਕਾਰੀ ਬੰਦਾ ਕਦੀ ਗੁਣ ਨਹੀਂ ਗ੍ਰਹਿਣ ਕਰ ਸਕਦਾ। ਜਿਸ ਬੰਦੇ 'ਚ ਈਗੋ ਹੈ ਨਾ, ਯਾਦ ਰੱਖਿਓ, ਇਹ ਕਾਰਨ ਕਿ ਗਿਆਨੀ ਵਿਚਾਰਾ ਗੁਣਾਂ ਤੋਂ ਜੇ ਖੀਣਾ ਰਹਿ ਜਾਂਦਾ, ਖੀਰ ਸੁੱਕ ਜਾਂਦਾ, ਕਿਉਂਕਿ ਉਹਦੇ ਸ਼ਬਦਾਂ ਦਾ ਗਿਆਨ ਈਗੋ ਬਣ ਕੇ ਕਹਿੰਦਾ ਤੇਰੇ ਤੋਂ ਵੱਧ ਕੌਣ ਕੌਣ ਜਾਣਦਾ ਹੈ, ਤੈਨੂੰ ਸਭ ਤੋਂ ਵੱਧ ਪਤਾ ਹੈ। ਮੈਂ ਤਾਂ ਬੇਨਤੀ ਕੀਤੀ, ਗੁਰਦੇਵ ਨੇ ਗੁਣਵੰਤੀ ਸ਼ਬਦ ਵਰਤਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ 'ਚ ਇੱਕ ਬਚਨ ਹੁੰਦਾ ਭਗਤ ਨਾਮਦੇਵ ਜੀ ਦਾ, ਇੱਕ ਵਾਰ ਮੈਂ ਇੱਥੇ ਅਰਜ਼ ਕੀਤੀ, ਉਹ ਕਹਿੰਦੇ ਜਿਹੜਾ ਬੰਦਾ ਦੋ ਚੀਜ਼ਾਂ 'ਤੇ ਕਾਬੂ ਪਾ ਗਿਆ, ਇੱਕ ਪਰ ਧਨ 'ਤੇ, ਦੂਜਾ ਪਰ ਤਨ 'ਤੇ, ਪਰਮਾਤਮਾ ਉਹਦੇ ਹਿਰਦੇ 'ਚ ਵੱਸਦਾ। ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਬਸਾ ਨਰ ਖਰੀ, ਪਰ ਉਹੀ ਸਤਿਗੁਰੂ ਦਾ ਬਚਨ ਹੈ, ਜੈਸੇ ਵਿਖੇ ਗੇਤ ਪਰ ਨਾਰੀ ਐਸੀ ਨਾਮੇ ਪ੍ਰੀਤ ਮੁਰਾਰੀ। ਵੇਸ਼ਵਾ ਦੀ ਉਦਾਹਰਨ ਦੇ ਦਿੱਤੀ। ਮੇਰੇ ਕਹਿਣ ਤੋਂ ਮੁਰਾਦ ਜਿਹੜੇ ਔਗਣ ਵੀ ਨੇ, ਗੁਰੂ ਨੇ ਉਹਨਾਂ ਔਗਣਾਂ ਨੂੰ ਵੀ ਗੁਰਮੁਖੋ ਗੁਣ ਦੇ ਰੂਪ 'ਚ ਧਾਰਨ ਕਰਨ ਦੀ ਗੱਲ ਕਹਿ ਦਿੱਤੀ। ਇੱਕ ਫਿਰ ਉਦਾਹਰਨ ਆਪ ਜੀ ਨੂੰ ਦੇ ਦਿਆਂ, ਕਿਉਂਕਿ ਸਾਰੇ ਸ਼ਬਦ ਮੈਂ ਬਾਣੀ 'ਚੋਂ ਕਹਿ ਰਿਹਾ। ਕਿਸੇ ਬੰਦੇ ਨੂੰ ਜ਼ਹਿਰ ਦਿੱਤਾ ਜਾਏ, ਸੰਖਿਆ ਜੀ ਇਹ ਸਾਡੇ ਇੱਕ ਵਰਦੇ ਸਨ, ਸੰਖਿਆ ਪੰਸਾਰੀ ਵਾਲਿਆਂ ਕੋਲ ਹੁੰਦਾ, ਉਹ ਸਿੱਧਾ ਬੰਦਾ ਖਾਏ ਤਾਂ ਉਹਦੀ ਮੌਤ ਹੋ ਜਾਏਗੀ। ਮੰਨ ਲਓ ਸੱਪ ਦਾ ਜ਼ਹਿਰ ਹੈ, ਸੱਪ ਕਿਸੇ ਨੂੰ ਡੰਗ ਮਾਰ ਜਾਏ, ਬੰਦਾ ਮਰ ਜਾਏਗਾ। ਜ਼ਹਿਰ ਔਗਣ ਹੈ, ਜ਼ਹਿਰ ਮੌਤ ਹੈ, ਜ਼ਹਿਰ ਨਾਲ ਬੰਦਾ ਖਤਮ ਹੋ ਜਾਏਗਾ। ਪਰ ਗੁਰਮੁਖੋ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੈ, ਕਹਿਣ ਲੱਗੇ ਜ਼ਹਿਰ ਪੋਇਜਨ ਸੰਖਿਆ ਇਹ ਮੌਤ ਦਾ ਕਾਰਨ ਬਣਦਾ, ਪਰ ਜੇ ਚੰਗਾ ਹਕੀਮ ਜ਼ਹਿਰ ਉਹਦੇ ਕੋਲ ਚਲਾ ਜਾਏ, ਉਹ ਵਿੱਚ ਮਸਾਲੇ ਪਾ ਪਾ ਕੇ ਜ਼ਹਿਰ ਨੂੰ ਮਾਰ ਕੇ ਕੁਸ਼ਤਾ ਬਣਾ ਲੈਂਦਾ, ਅਤੇ ਉਸੇ ਜ਼ਹਿਰ ਦੀਆਂ ਗੋਲੀਆਂ ਬਣਾ ਕੇ ਲੋਕਾਂ ਨੂੰ ਦਿੰਦਾ, ਜਿਹੜੀਆਂ ਮਰਦਿਆਂ ਹੋਇਆਂ ਨੂੰ ਬਚਾ ਦਿੰਦੀਆਂ। ਹੈ ਔਗਣ ਪੋਇਜ਼ਨ ਜ਼ਹਿਰ ਹੈ, ਸੱਪ ਜ਼ਹਿਰ ਬੰਦੇ ਨੂੰ ਜ਼ਿੰਦਗੀ ਦਾ ਹੈਗਾ। ਪਰ ਮਹਾਰਾਜ ਜੀ ਨੇ ਸ਼ਬਦ ਵਰਤਿਆ, ਕਹਿਣ ਲੱਗੇ ਦੁੱਖ ਮੋਹਰਾ ਮਾਰਨ ਹਰ ਨਾਮ, ਜਿੱਥੇ ਪਰਮਾਤਮਾ ਦਾ ਨਾਮ ਪੈ ਜਾਏ ਉੱਥੇ ਦੁੱਖ ਮੋਹਰਾ ਵੀ ਦਵਾਈ ਬਣ ਜਾਂਦਾ ਹੈ। ਇਹਦਾ ਮਤਲਬ ਜਦੋਂ ਗੁਰੂ ਸ਼ਬਦ ਨਾਲ ਕੋਈ ਜੁੜੇ ਉਦੋਂ ਔਗਣ ਵੀ ਗੁਣਾਂ ਵਿੱਚ ਪਲਟ ਜਾਂਦੇ ਆ। ਇਸ ਤੋਂ ਅਗਲੀ ਬੇਨਤੀ ਮਹਾਰਾਜ ਦੀ ਬਾਣੀ 'ਚੋਂ ਮੈਂ ਇੱਕ ਹੋਰ ਅਰਜ਼ ਕਰਨ ਲੱਗਾ। ਗੁਣ ਕਈ ਵਾਰੀ ਇਹ ਸਮੱਸਿਆ ਬੰਦੇ ਦੀ, ਤਿੰਨ ਬੰਦੇ ਆਪਣੇ ਨਜ਼ਦੀਕ ਦੇ ਬੰਦੇ ਤੋਂ ਗੁਣੀ ਤੋਂ ਛੇਤੀ ਗੁਣ ਨਹੀਂ ਲੈ ਸਕਦੇ। ਇਸ ਨੂੰ ਫਿਰ ਧਿਆਨ ਨਾਲ ਸੁਣਿਓ, ਜਿਹੜਾ ਖੂਨ ਦਾ ਰਿਸ਼ਤਾ ਹੁੰਦਾ ਉਹ ਛੇਤੀ ਗੁਣਾਂ ਦੀ ਕਦਰ ਨਹੀਂ ਜਾਣਦਾ, ਇਹਨੂੰ ਸਵੀਕਾਰੀਏ ਆਪਾਂ। ਪਰਿਵਾਰ ਰਿਸ਼ਤੇਦਾਰ ਬਖਸ਼ ਦਿਆ ਜੇ, ਕੋਈ ਟਾਵਾਂ ਟਾਵਾਂ ਗੁਰੂ ਅਰਜਨ ਸਾਹਿਬ ਜੀ ਜੈਸਾ ਆਗਿਆਕਾਰੀ ਪੁੱਤਰ ਜਿਹੜਾ ਸੱਤ ਬਚਨ ਕਹੇ, ਪਰ ਅਕਸਰ ਖੂਨ ਦਾ ਰਿਸ਼ਤਾ ਭਰਾ ਨੇ, ਭੈਣਾਂ ਨੇ, ਚਾਚੇ ਨੇ, ਤਾਏ ਨੇ, ਉਹ ਉਸ ਬਿਰਤੀ ਨਾਲ ਦੇਖਦੇ ਆ। ਪਹਿਲੀ ਗੱਲ, ਨਜ਼ਦੀਕ ਦੇ ਪਰਿਵਾਰਕ ਰਿਸ਼ਤੇ ਛੇਤੀ ਗੁਣ ਨਹੀਂ ਲੈ ਸਕਦੇ। ਦੂਸਰੀ ਗੱਲ ਕਿ ਜਿਹੜੇ ਬੰਦੇ ਵਿਰੋਧੀ ਨੇ, ਈਰਖਾ ਅਧੀਨ ਨੇ, ਤੁਸੀਂ ਜਿੰਨੇ ਮਰਜ਼ੀ ਚੰਗੇ ਬਣ ਜਾਓ, ਸੱਤ ਪੁੱਤਰ ਬਣ ਜਾਓ, ਵਿਰੋਧ ਕਰਨ ਵਾਲਾ ਬੰਦਾ ਤੁਹਾਡੇ ਹਰ ਗੁਣ ਨੂੰ ਨਿੰਦੇਗਾ, ਹਕੀਕਤ ਵੀ ਉਹ ਵੀ ਕਦੀ ਗੁਣ ਗ੍ਰਹਿਣ ਨਹੀਂ ਕਰ ਸਕੇਗਾ। ਤੀਸਰਾ, ਜਿਹੜੇ ਬਾਲ ਸਿਖਾਈ ਮਿੱਤਰ ਹੁੰਦੇ ਨੇ ਨਾ, ਉਹ ਵੀ ਗੁਣ ਨਹੀਂ ਲੈ ਸਕਦੇ। ਉਹ ਕਹਿੰਦੇ ਆ ਕੱਲ੍ਹ ਤੱਕ ਸਾਡੇ ਨਾਲ ਖੇਡਦਾ ਪਿਆ ਸੀ, ਅੱਜ ਇਹ ਬਹੁਤ ਵੱਡੀ ਗਿਆਨ ਦੀਆਂ ਗੱਲਾਂ ਕਰ ਰਿਹਾ, ਰੱਬ ਨੂੰ ਗਾ ਰਿਹਾ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਸੱਚ ਇਹ ਵੇ ਕਿ ਇਹ ਸਾਡੇ ਅੰਦਰ ਦੀ ਸੁਰਤ ਹੈ। ਭਾਈ ਸਾਹਿਬ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿਣ ਲੱਗੇ ਬਾਂਦਰ ਦੇ ਗਲ ਵਿੱਚ ਰਤਨ ਪਾ ਦਿਓ, ਉਹਨੂੰ ਰਤਨ ਦੀ ਕੋਈ ਕਦਰ ਨਹੀਂ। ਇਹ ਆਦਿ ਕਾਲ ਤੋਂ ਹੈ। ਕੜਛੀ ਤੁਸੀਂ ਮਿੱਠੇ 'ਚ, ਸਲੂਣੇ 'ਚ, ਜਿੰਨੇ ਮਰਜ਼ੀ ਪਦਾਰਥਾਂ 'ਚ ਕੜਛੀ ਨੂੰ ਕਮਾਓ, ਕੜਛੀ ਕਦੀ ਵੀ ਸਵਾਦ ਚੱਕ ਕੇ ਦੱਸ ਨਹੀਂ ਸਕਦੀ। ਗੁਰਮੁਖੋ, ਸੱਚ ਇਹ ਜੇ ਗੁੱਜਰ ਸਨ ਸਾਡੇ ਉੱਤੇ ਹੁੰਦੇ, ਉਹ ਮੱਝਾਂ ਰੱਖਦੇ ਸਨ, ਗਾਵਾਂ ਰੱਖਦੇ ਸਨ, ਥਾਂ ਬਦਲਦੇ ਰਹਿੰਦੇ ਸਨ। ਭਾਈ ਸਾਹਿਬ ਕਹਿੰਦੇ ਆ ਕਿ ਬਾਂਦਰ ਦੇ ਗਲ 'ਚ ਰਤਨ ਹੈ, ਉਹਨੂੰ ਰਤਨ ਦੀ ਕੋਈ ਕੀਮਤ ਨਹੀਂ, ਮੇਰਾ ਗਲਾ ਕਿੰਨੇ ਲੱਖਾਂ ਰੁਪਈਆਂ ਦਾ ਹੈ। ਉਹ ਕਹਿੰਦੇ ਆ ਕੜਛੀ 36 ਪ੍ਰਕਾਰ ਦੇ ਭੋਜਨਾਂ 'ਚ ਘੁੰਮਦੀ ਏ, ਰੋਜ਼ ਵਰਤਦੀ ਏ, ਪਰ ਕਦੀ ਕੜਛੀ ਨੂੰ ਸਵਾਦ ਨਹੀਂ ਆਇਆ। ਅਤੇ ਗੁੱਜਰ ਇੰਨੀ ਮਿਹਨਤ ਕਰਕੇ ਦੁੱਧ ਭਰ ਕੇ ਡਰੰਮਾਂ 'ਚ, ਦੋਹਣਿਆਂ 'ਚ, ਆ ਦੋਹਣਾ ਸ਼ਬਦ ਮੇਰਾ ਖਿਆਲ ਇੰਨੀ ਬਹੁਤ ਘੱਟ ਜਾਣਦੇ ਹੋਣੇ ਨੇ, ਦੋਹਣਾ ਸ਼ਬਦ ਵਰਤਦੇ ਸਨ ਬਾਰ 'ਚ, ਪਿੱਤਲ ਦੀ ਬਣੀਆਂ ਗਾਗਰਾਂ ਟਾਈਪ,
ਉਹ ਭਰ ਕੇ ਦੁੱਧ ਲਿਜਾਂਦੇ ਆ, ਪਰ ਜਦੋਂ ਵਾਪਸ ਆਉਂਦੇ ਆ ਸੂੜੀ ਅਤੇ ਖਲ ਲੈ ਕੇ ਆ ਜਾਂਦੇ ਆ। ਸੂੜੀ ਆਪਾਂ ਜਾਣਦੇ ਹਾਂ ਜੀ, ਛੋਲਿਆਂ ਦਾ ਉੱਪਰ ਵਾਲਾ ਛਿਲਕਾ, ਖਲ ਵੱਖਰੀ ਹੈ, ਸੂੜੀ ਵੱਖਰੀ ਹੈ। ਉਹ ਕਹਿੰਦੇ ਨੇ ਉਹਨੂੰ ਪਤਾ ਕੀ ਦੁੱਧ ਅੰਮ੍ਰਿਤ ਹੈ, ਪਰ ਇੱਕ ਉਦਾਹਰਣ ਲੈਣੀ ਹੈ। ਦੁੱਧ ਲਿਜਾ ਕੇ ਖਲ ਅਤੇ ਸੂੜੀ ਲੈ ਕੇ ਆ ਗਏ। ਉਹ ਕਹਿਣ ਲੱਗੇ ਮਿਰਗ ਦੀ ਨਾਭੀ 'ਚ ਕਸਤੂਰੀ ਹੈ, ਪਰ ਨੇੜੇ ਹੋਣ ਦੇ ਬਾਵਜੂਦ ਸਮਝ ਕੋਈ ਨਹੀਂ। ਕਹਿਣ ਲੱਗੇ ਇਸੇ ਤਰ੍ਹਾਂ ਕਈ ਵਾਰੀ ਬੰਦਾ ਗੁਣਾਂ ਵਾਲਿਆਂ ਦੇ ਨੇੜੇ ਹੁੰਦਾ ਹੋਇਆ ਵੀ ਗੁਣਾਂ ਦੀ ਕੀਮਤ ਨਹੀਂ ਜਾਣਦਾ, ਉਹਨੂੰ ਸਮਝਣੀ 'ਚ ਗੁਣ ਕਿੰਨੇ ਨੇ। ਭਾਈ ਸਾਹਿਬ ਦੇ ਬੋਲ ਨੇ, ਉਹ ਲਿਖਦੇ ਆ, ਰਤਨ ਮਣੀ ਗੱਲ ਬਾਂਦਰ ਹੈ ਕਉ ਕੀਮ ਨਾ ਜਾਣੈ। ਹੁਣ ਰਤਨ ਦੀ ਕੀਮਤ ਕਿਸੇ ਜੋਰੀ ਨੂੰ ਪੁੱਛ ਕੇ ਦੇਖੋ, ਬਾਂਦਰ ਨੂੰ ਕੀ ਪਤਾ। ਉਹ ਕਹਿੰਦੇ ਉਹਦੇ ਗੱਲ 'ਚ ਪਾਇਆ ਹੋਇਆ ਰਤਨ ਕੁਛ ਵੀ ਕੀਮਤ ਨਹੀਂ ਰੱਖਦਾ, ਜ਼ੀਰੋ। ਮੈਂ ਕਹਿੰਦਾ ਜ਼ੀਰੋ ਸ਼ਬਦ ਵੀ ਅੰਕ ਆਪਣੀ ਥਾਂ ਰੱਖਦਾ, ਪਰ ਉਹਨੂੰ ਬਿਲਕੁਲ ਕੋਈ ਸਮਝ ਨਹੀਂ। ਗੱਲ 'ਚ ਰਤਨ ਕਹਿ, ਕਿਸੇ ਜੋਰੀ ਨੂੰ ਦਿਖਾਓ, ਕਹੇਗਾ ਉਹ ਇਹਨੂੰ ਪਕੜੋ, ਇਹਦੇ ਗਲੇ ਜਿਹੜਾ ਰਤਨ ਹੈ ਲੱਖਾਂ ਰੁਪਈਆਂ ਦਾ ਹੈ। ਕਈ ਵਾਰੀ ਗੁਣੀ ਬੰਦੇ ਕੋਲ ਗੁਣ ਬੜਾ ਹੁੰਦਾ, ਕਈ ਬਾਂਦਰ ਬਿਰਤੀ ਵਾਲੇ ਸੱਚੀ ਮੁੱਚੀ ਉਹਦੇ ਗੁਣ ਦੀ ਕਦਰ ਹੀ ਨਹੀਂ ਜਾਣਦੇ। ਰਤਨ ਮਣੀ ਗੱਲ ਬਾਂਦਰ ਹੈ ਕਉ ਕੀਮ ਨਾ ਜਾਣੈ, ਕਰਸ਼ੀ ਸੌ ਨਾ ਸੰਭਲੈ ਭੋਜਨ ਰਸ ਖਾਣੈ, ਡੱਡੂ ਚਿੱਕੜ ਵਾਸ ਹੈ ਕਮਲੈ ਨਾ ਸਿਆਣੈ, ਨਾਭ ਕਥੂਰੀ ਮਿਰਦ ਦੇ ਫਿਰਦਾ ਹੈਰਾਨੈ, ਗੁੱਜਰ ਗੋਰਸ ਵੇਚ ਕੇ ਖਲ ਸੂੜੀ ਆਣੈ। ਮੈਂ ਫਿਰ ਬੇਨਤੀ ਕਰਾਂਗਾ ਜੀ, ਸੱਚ ਇਵੇਂ ਕਿ ਆਪਣਾ ਔਗਣ ਬੰਦੇ ਨੂੰ ਕਦੀ ਇੰਨਾ ਨਹੀਂ ਸਤਾਉਂਦਾ ਜਿੰਨਾ ਦੂਜੇ ਦਾ ਔਗਣ ਦੇਖ ਕੇ ਭੰਡਦਾ ਹੈ। ਈਸਾ ਜੀ ਦੇ ਜੀਵਨ ਦੀ ਘਟਨਾ ਖੁੱਲ੍ਹੇ ਖੁੱਲ੍ਹਦੇ ਨਾਲ ਸੁਣਿਓ। ਕੱਲ੍ਹ ਮੈਂ ਗੋਪੀ ਚੰਦ ਦੀ ਉਦਾਹਰਣ ਇਸ ਕਰਕੇ ਦਿੱਤੀ ਸੀ ਵੀ ਜੇ ਆਪਾਂ ਦੂਜੇ ਵੀ ਕਿਸੇ ਚੰਗੇ ਪੁਰਸ਼ ਦੀ ਗੱਲ ਮਿਲੇ ਤਾਂ ਆਪਾਂ ਨੂੰ ਲੈ ਲੈਣੀ ਚਾਹੀਦੀ ਹੈ। ਜੇ ਹੁਣ ਇਹ ਸ਼ਬਦ ਕਹੋ ਵੀ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਬਸ ਉਹ ਕੋਈ ਸ਼ੱਕ ਨਹੀਂ, ਬੋਲਦੇ ਆਪਾਂ ਉਹੀ ਹਾਂ। ਹੁਣ ਮੈਂ ਇੱਕ ਦਿਨ ਕਿਹਾ ਸੀ ਵੀ 15 ਭਗਤਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਹੈ, ਅਤੇ ਉਹ ਭਗਤ ਕਹਿੰਦਾ ਜੇ ਰੱਬ ਦੀ ਭਗਤੀ ਕਰਨੀ ਆ ਤਾਂ ਇਹਨਾਂ ਵਰਗੀ ਕਰ, ਉਹਨਾਂ ਦੀ ਇੱਕ ਤੁੱਕ ਵੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਧਰੂ ਜੀ ਦੀ ਆਪਣੀ ਬਾਣੀ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ 'ਚ, ਪ੍ਰਹਿਲਾਦ ਜੀ ਦਾ ਕੋਈ ਸ਼ਬਦ ਨਹੀਂ, ਦ੍ਰੋਪਦੀ ਦਾ ਕੋਈ ਸ਼ਬਦ ਨਹੀਂ, ਸੁਦਾਮੇ ਦਾ ਕੋਈ ਸ਼ਬਦ ਨਹੀਂ, ਖਿਮਾ ਕਰਿਓ। ਪਰ ਗੁਰੂ ਸਾਹਿਬ ਨੇ ਤਾਂ ਸ਼ਬਦ ਲਏ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਕਿਉਂਕਿ ਦੂਜੇ ਦੇ ਆਹ ਵੀ ਇੱਕ ਸੰਕੀਰਨਤਾ ਤੋੜਨ, ਦੂਜੇ ਦੇ ਗੁਣ ਨੂੰ ਗ੍ਰਹਿਣ ਕਰ ਲਈ। ਹਜ਼ਰਤ ਈਸਾ ਜੀ ਦੇ ਜੀਵਨ ਦੀ ਹੈ ਵੈਸੇ ਬਾਈਬਲ ਦੀ ਘਟਨਾ ਹੈ ਕਿ ਇੱਕ ਵਾਰੀ ਕਿਸੇ ਨੇ ਪਾਪ ਕਰਮ ਕੀਤਾ, ਇਸਤਰੀ ਨੇ, ਅਤੇ ਉਸ ਵਕਤ ਲੋਕਾਂ ਨੇ ਕਿਹਾ ਇਹਨੂੰ ਮੌਤ ਦੀ ਸਜ਼ਾ, ਇਹਨੂੰ ਪੱਥਰ ਮਾਰ ਕੇ ਮਾਰ ਦਿਓ। ਕੁਦਰਤੀ ਤੌਰ 'ਤੇ ਉਹ ਲੰਘ ਪਏ ਅਤੇ ਉਹਨਾਂ ਪੁੱਛ ਲਿਆ, ਜਿਨ੍ਹਾਂ ਨੇ ਸਜ਼ਾ ਦਿੱਤੀ ਉਹ ਵਿਰੋਧੀ ਸਨ, ਕਹਿਣ ਲੱਗੇ ਇਹਨਾਂ ਤੋਂ ਪੁੱਛ ਲਓ, ਰੱਬ ਦਾ ਪੁੱਤਰ ਕਹਿੰਦਾ ਹੈ, ਕਹਿੰਦੇ ਨੇ ਇਹ ਗੁਨਾਹ ਕੀਤੇ ਨੇ, ਇਹਨਾਂ ਨੂੰ ਪੱਥਰ ਮਾਰ ਕੇ ਮਾਰਨ ਦੀ ਸਜ਼ਾ ਦਿੱਤੀ, ਤੁਸੀਂ ਇਹਦੇ ਬਾਰੇ ਕੀ ਆਪਣਾ ਖਿਆਲ ਰੱਖੋਗੇ, ਅਸੀਂ ਰੁਕ ਜਾਂਦੇ। ਉਹਦਾ ਮਤਲਬ ਸੀ ਜੇ ਤਾਂ ਕਹੇਗਾ ਛੱਡ ਦਿਓ ਅਤੇ ਆਪਾਂ ਰੌਲਾ ਪਾਵਾਂਗੇ ਵੀ ਇਹ ਕੁਕਰਮੀਆਂ ਦਾ ਸਾਥੀ ਹੈ, ਜੇ ਕਹਾਂਗਾ ਇਹਨੂੰ ਕਹੇਗਾ ਇਹਨੂੰ ਮਾਰ ਦਿਓ ਆਪਾਂ ਰੌਲਾ ਪਾਵਾਂਗੇ, ਇਹਨੂੰ ਐਵੇਂ ਤਰਸ ਦਾ ਘਰ ਕਹਿੰਦੇ ਹੋ, ਇਹ ਵੀ ਤਾਂ ਪੱਥਰ ਦੇ ਲਈ ਹੈ। ਦੋਵਾਂ ਪਾਸਿਆਂ ਤੋਂ ਰਗੜਨਾ ਚਾਹੁੰਦੇ ਸਨ, ਉਹ ਰੁੱਗ ਹੈ। ਕਹਿਣ ਲੱਗੇ ਇਹਨੂੰ ਪੱਥਰ ਜ਼ਰੂਰ ਮਾਰੋ। ਲੋਕ ਚੁੱਪ ਕਰ ਗਏ, ਇਹਦੀ ਸਜ਼ਾ ਪੱਥਰ ਹੀ ਹੈ, ਪੱਥਰ ਮਾਰ ਮਾਰ ਕੇ ਇਹਨੂੰ ਮਾਰ ਦੇਣਾ ਚਾਹੀਦਾ। ਅਤੇ ਪਰ ਇੱਕ ਕੰਮ ਕਰਿਓ, ਇਸ ਭੀੜ ਵਿੱਚ ਪਹਿਲਾ ਪੱਥਰ ਉਹ ਬੰਦਾ ਮਾਰੇ ਜਿਹਨੇ ਜ਼ਿੰਦਗੀ 'ਚ ਕਦੀ ਕੋਈ ਗੁਨਾਹ ਨਹੀਂ ਕੀਤਾ, ਉਹ ਪੱਥਰ ਜ਼ਰੂਰ ਮਾਰਿਓ। ਜਿਹਨੇ ਗੁਨਾਹ ਕੀਤਾ ਉਹ ਘਰਾਂ ਨੂੰ ਚਲੇ ਜਾਓ, ਤੁਹਾਨੂੰ ਕੋਈ ਹੱਕ ਨਹੀਂ ਪੱਥਰ ਮਾਰਨ ਦਾ। ਹੁਣ ਜਦੋਂ ਇਹ ਸ਼ਬਦ ਕਹੇ ਵੀ ਜਿਸ ਨੇ ਜ਼ਿੰਦਗੀ 'ਚ ਕਦੀ ਗੁਨਾਹ ਨਹੀਂ ਕੀਤਾ, ਇਮਾਨਦਾਰੀ ਨਾਲ ਆਪਣੇ ਅੰਦਰ ਦੇਖੋ, ਕਹਿੰਦੇ ਸਭ 'ਤੇ ਨੀਵੇਂ ਪਾ ਲਈ, ਉਹਦੇ ਸਿਰ 'ਤੇ ਹੱਥ ਰੱਖ ਕੇ ਕਹਿਣ ਲੱਗੇ ਜਾ ਅੱਜ ਤੋਂ ਬਾਅਦ ਦੇਖੋ ਜੇ ਗੁਨਾਹ ਨਾ ਕਰੇ। ਹੁਣ ਦੇਖੋ ਆਪਣੀ ਆਪਣੀ ਸੋਚ ਹੈ। ਮੈਂ ਬੇਨਤੀ ਕਰਾਂਗਾ ਕਿ ਗੁਰਮੁਖੋ, ਗੁਣਵੰਤੀ ਦਾ ਅਰਥ ਹੈ ਜਿਹੜਾ ਗੁਣ ਗ੍ਰਹਿਣ ਕਰਦਾ ਹੈ। ਇੱਕ ਸ਼ਬਦ ਗੁਰੂ ਨਾਨਕ ਸਾਹਿਬ ਨੇ ਪਟਨਾ ਸਾਹਿਬ ਉਚਾਰਨ ਕੀਤਾ, ਜਦੋਂ ਮਹਾਰਾਜ ਪਟਨਾ ਸਾਹਿਬ ਗਏ। ਜਨਮ ਸਾਖੀਆਂ ਕਹਿੰਦੀਆਂ ਨੇ ਇਹ ਸ਼ਬਦ ਪਟਨਾ ਸਾਹਿਬ ਕਿਹਾ, ਜਿਹਨੂੰ ਪਾਟਲੀ ਪੁੱਤਰ ਆਪਾਂ ਕਹਿੰਦੇ। ਆਪ ਜੀ ਪਟਨਾ ਸਾਹਿਬ ਦਰਸ਼ਨ ਕੀਤੇ ਹੋਣਗੇ, ਜੇ ਨਹੀਂ ਕੀਤੇ ਜ਼ਰੂਰ ਜਦੋਂ ਜਾਓ ਅਤੇ ਦਰਸ਼ਨ ਕਰਿਓ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਮੈਂ ਇਹ ਦੁਬਾਰਾ ਫਿਰ ਕਹਿਣ ਲੱਗਾ, ਪਟਨਾ ਸਾਹਿਬ ਤਖ਼ਤ ਨਹੀਂ ਹੈਗਾ, ਪਟਨਾ ਸਾਹਿਬ ਇੱਕ ਸ਼ਹਿਰ ਹੈ। ਜਿਵੇਂ ਅਨੰਦਪੁਰ ਇੱਕ ਸ਼ਹਿਰ ਹੈ, ਕੇਸਗੜ੍ਹ ਤਖ਼ਤ ਹੈ,
ਅੰਮ੍ਰਿਤਸਰ ਸਾਹਿਬ ਇੱਕ ਸ਼ਹਿਰ ਹੈ, ਅਕਾਲ ਤਖਤ ਵੱਖਰਾ ਹੈ, ਸਾਬੋ ਕੀ ਤਲਵੰਡੀ ਇੱਕ ਸ਼ਹਿਰ ਹੈ, ਦਮਦਮਾ ਸਾਹਿਬ ਵੱਖਰਾ ਹੈ, ਨਦੇੜ ਇੱਕ ਸ਼ਹਿਰ ਹੈ, ਪਰ ਸੱਚਖੰਡ ਤਖਤ ਹੈ, ਪਟਨਾ ਸਾਹਿਬ ਸ਼ਹਿਰ ਦਾ ਨਾਮ ਹੈ। ਭਾਵਾਂ ਕਿ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਪਟਨਾ ਸ਼ਹਿਰ ਵਿਖੇ, ਭਾਵ ਲਇਓ, ਪਰ ਮੈਂ ਵੀ ਕਈ ਵਾਰੀ ਸ਼ਬਦ ਵਰਤਦਾ ਹੁੰਦਾ ਸਾਂ ਤਖਤ ਸ਼੍ਰੀ ਪਟਨਾ ਸਾਹਿਬ, ਪਰ ਜਦੋਂ ਤਖਤ ਸਾਹਿਬ ਦੇ ਉੱਪਰ ਜਿਹੜੀ ਇਬਾਰਤ ਲਿਖੀ ਹੈ ਉੱਥੇ ਲਿਖਿਆ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਉਸ ਤਖਤ ਦਾ ਨਾਮ ਸ਼੍ਰੀ ਹਰਿਮੰਦਰ ਜੀ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦਾ ਇਹ ਨਾਮ, ਕਿਉਂਕਿ ਮਹਾਰਾਜ ਤਖਤ ਆਪ ਹੀ ਬਣਾਏ। ਅਤੇ ਜਿਹੜੀ ਗਲੀ ਉਸ ਦੇ ਨਾਲ ਨਿਕਲਦੀ ਹੈ, ਛੋਟੀ ਗਲੀ ਜਿਹੜੀ ਜਾਂਦੀ ਹੈ ਮਹਿਣੀ ਸੰਗਤ, ਉਸ ਗਲੀ ਦਾ ਨਾਮ ਵੀ ਹਰਿਮੰਦਰ ਗਲੀ ਹੈ, ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਮਹਾਰਾਜ ਪਟਨਾ ਸਾਹਿਬ ਗਏ, ਉੱਥੇ ਗੱਲ ਚੱਲੀ ਗੁਣਾਂ ਅਤੇ ਔਗੁਣਾਂ ਦੀ। ਬਸ ਇਹ ਕਹਿ ਕੇ ਆਪਾਂ ਅੱਗੇ ਤੁਰਨੇ ਹਾਂ ਜੀ। ਗੁਣਵੰਤੀ ਦਾ ਅਰਥ ਜਿਹੜਾ ਗੁਣ ਗ੍ਰਹਿਣ ਕਰਦਾ ਹੈ। ਉੱਥੇ ਇੰਨਾ ਸ਼ਬਦ ਕਹੇ ਜੀ, ਦੇਖੋ ਜੀ ਇਹ ਅੱਜ ਕੱਲ੍ਹ ਕਲਯੁੱਗ ਆ ਗਿਆ ਹੈ, ਲੋਕ ਔਗੁਣਾਂ 'ਚ ਪ੍ਰਵਿਰਤ ਨੇ। ਅਤੇ ਇਹ ਆਪ ਜੀ ਨੂੰ ਪਤਾ ਹੋਵੇ ਕਿ ਪਟਨਾ ਸਾਹਿਬ ਤਖਤ ਵਾਲੀ ਜਗ੍ਹਾ 'ਤੇ ਗੁਰੂ ਨਾਨਕ ਸਾਹਿਬ ਜੀ ਨਹੀਂ ਗਏ, ਗੁਰੂ ਨਾਨਕ ਸਾਹਿਬ ਇੱਕੋ ਜਗ੍ਹਾ 'ਤੇ ਗਏ ਆ ਜਿਸ ਗੁਰਦੁਆਰੇ ਦਾ ਨਾਮ ਗਊ ਘਾਟ ਹੈ। ਗਊ ਘਾਟ ਗੁਰਦੁਆਰਾ, ਉੱਥੋਂ ਨਗਰ ਕੀਰਤਨ ਹਜ਼ੂਰ ਦਾ ਚੱਲਦਾ ਜੀ, ਦਸਵੇਂ ਪਾਤਸ਼ਾਹ ਜੀ ਦਾ ਨਗਰ ਕੀਰਤਨ ਦੀ ਆਰੰਭਤਾ ਉੱਥੋਂ ਹੁੰਦੀ ਹੈ ਅਤੇ ਤਖਤ ਸਾਹਿਬ 'ਤੇ ਆਉਂਦਾ ਹੈ। ਗਊ ਘਾਟ ਇੱਥੇ ਸਾਲਸਰੇ ਆ ਕੇ ਮਿਲਦਾ ਹੈ। ਇੱਥੇ ਜਦੋਂ ਵਿਚਾਰ ਚਰਚਾ ਚੱਲਦੀ ਹੈ ਕਿ ਦੇਖੋ ਜੀ ਕਲਯੁੱਗ ਹੈ, ਔਗਣ ਨੇ, ਗੁਰੂ ਸਾਹਿਬ ਉੱਥੇ ਬਹੁਤ ਸੋਹਣੀ ਇੱਕ ਉਦਾਹਰਣ ਦਿੰਦੇ ਆ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ ਵਿੱਚ ਹੈ। ਹਜ਼ੂਰ ਕਹਿੰਦੇ ਨੇ ਚੀਜ਼ ਇੱਕੋ ਹੋਵੇ, ਹਰ ਬੰਦੇ ਦੇ ਅੰਦਰ ਦੀ ਸੁਰਤ 'ਤੇ ਨਿਰਭਰ ਕਰਦਾ ਉਹਨੇ ਕਿਸ ਢੰਗ ਨਾਲ ਇਹਨੂੰ ਲੈਣਾ ਹੈ। ਮਹਾਰਾਜ ਕਿਵੇਂ, ਉੱਥੇ ਗੁਰਦੇਵ ਦਾ ਸ਼ਬਦ ਹੈ ਕਿ ਪਾਣੀ ਇੱਕ ਹੈ, ਉਸ ਪਾਣੀ ਵਿੱਚ ਜਾਲਾ ਵੀ ਹੈ, ਉਸ ਪਾਣੀ ਵਿੱਚ ਕਮਲ ਦਾ ਫੁੱਲ ਵੀ ਹੈ, ਉਸ ਪਾਣੀ ਵਿੱਚ ਚਿੱਕੜ ਵੀ ਹੈ ਅਤੇ ਉਸ ਪਾਣੀ ਵਿੱਚ ਡੱਡੂ ਵੀ ਹੈ, ਪਾਣੀ ਇੱਕ ਹੈ। ਸੁਣਿਓ, ਬਿਮਲ ਮਜਾਰ ਬਸਸ ਨਿਰਮਲ ਜਲ, ਪਦਮਨ ਜਾਵਲ ਰੇ। ਮੈਂ ਆਖਰੀ ਅਰਥ ਦੇ ਥੋੜ੍ਹੇ ਜਿਹੇ ਕਰ ਦੇਣਾ ਕਿ ਬਿਮਲ ਮਜਾਰ ਬਸਸ ਨਿਰਮਲ ਜਲ, ਇਹਦਾ ਮਤਲਬ ਉਹ ਪਾਣੀ ਜਿਹੜਾ ਮੈਲ ਤੋਂ ਰਹਿਤ ਹੈ, ਜਿਸ ਵਿੱਚ ਕੋਈ ਮੈਲ ਨਹੀਂ। ਉਹਦੇ ਵਿੱਚ ਦੋ ਚੀਜ਼ਾਂ ਨੇ, ਇੱਕ ਪਦਮਨ, ਪਦਮਨ ਦਾ ਅਰਥ ਹੈ ਕਮਲ ਦਾ ਫੁੱਲ, ਅਤੇ ਜਾਵਲ ਦਾ ਅਰਥ ਹੈ ਜਾਲਾ। ਪਾਣੀ ਵਿੱਚੋਂ ਹੀ ਜਾਲਾ ਬਣਦਾ ਅਤੇ ਪਾਣੀ ਵਿੱਚੋਂ ਕਮਲ ਦਾ ਬਣਦਾ ਹੈ। ਹਜ਼ੂਰ ਬਖਸ਼ਿਸ਼ ਕਰਦੇ ਆ, ਬਿਮਲ ਮਜਾਰ ਬਸਸ ਨਿਰਮਲ ਜਲ, ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਜਦੋਂ ਇਹ ਪੁਜਾਰੀਆਂ ਨੂੰ ਸਮਝਾਇਆ ਕਿ ਤੁਸੀਂ ਕਹਿੰਦੇ ਹੋ ਨਹੀਂ ਜੀ ਇਸ ਸੰਸਾਰ ਵਿੱਚ ਇੰਨਾ ਮਾੜਾ ਕੰਮ, ਅਸੀਂ ਕਿਵੇਂ ਬਚ ਸਕੇ, ਹਜ਼ੂਰ ਕਹਿੰਦੇ ਨੇ ਇੱਕੋ ਪਾਣੀ ਵਿੱਚ ਜਾਲਾ ਹੈ, ਉਸੇ ਪਾਣੀ ਦੇ ਵਿੱਚ ਕਮਲ ਦਾ ਫੁੱਲ ਹੈ। ਕਹਿਣ ਲੱਗੇ ਉਸੇ ਕਮਲ ਦਾ ਫੁੱਲ ਚਿੱਕੜ 'ਚ ਪੈਦਾ ਹੋਇਆ ਹੈ। ਕਹਿਣ ਲੱਗੇ ਤੁਸੀਂ ਦੇਖੋ ਜਾਲਾ ਜਿਹੜਾ ਹੈ ਉਹ ਪਾਣੀ ਨੂੰ ਢੱਕੀ ਬੈਠਾ ਹੈ, ਕਮਲ ਦਾ ਫੁੱਲ ਪਾਣੀ ਵਿੱਚ ਵੀ ਰਹਿ ਰਿਹਾ ਹੈ, ਜਾਲੇ ਵਿੱਚ ਵੀ ਰਹਿ ਰਿਹਾ ਹੈ। ਤੁਸੀਂ ਦੇਖੋਗੇ ਚਿੱਕੜ 'ਚ ਜੜ ਹੈ, ਜਲ 'ਚੋਂ ਪਾਣੀ 'ਚੋਂ ਬਾਹਰ ਨਿਕਲਦਾ ਹੈ, ਜਿੱਥੇ ਖਰਾ ਜਾਲਾ ਹੈ ਉਹਨੂੰ ਵੀ ਪਾੜ ਕੇ ਕਮਲ ਦਾ ਫੁੱਲ ਆਪਣਾ ਮੂੰਹ ਉੱਪਰ ਕੱਢ ਲੈਂਦਾ ਹੈ। ਕਹਿਣ ਲੱਗੇ ਭਾਈ ਬਸ ਗੁਣ ਨੂੰ ਗ੍ਰਹਿਣ ਕਰਨ ਦੀ ਲੋੜ ਹੈ। ਕਈ ਲੋਕ ਜਾਲੇ ਦੀ ਤਰ੍ਹਾਂ ਪ੍ਰਵਿਰਤ ਹੋ ਜਾਂਦੇ ਆ, ਗੁਣੀ ਲੋਕ ਜਿਹੜੇ ਨੇ ਕਮਲ ਦੀ ਫੁੱਲ ਦੀ ਤਰ੍ਹਾਂ ਜਾਲੇ ਚਿੱਕੜ ਅਤੇ ਪਾਣੀ ਵਿੱਚ ਰਹਿ ਕੇ ਵੀ ਤੁਰ ਨਿਰਲੇਪ ਰਹਿ ਜਾਂਦੇ ਆ। ਕਹਿੰਦੇ ਆਹ ਗੁਣ ਇਹਦੇ 'ਚੋਂ ਲੈ ਰਹੇ, ਚਿੱਕੜ ਤੋਂ ਬਿਨਾਂ ਕਮਲ ਦਾ ਫੁੱਲ ਹੀ ਨਹੀਂ ਹੋ ਸਕਦਾ। ਬਿਮਲ ਮਜਾਰ ਬਸਸ ਨਿਰਮਲ ਜਲ, ਪਦਮਲ ਜਾਵਲ ਰੇ, ਪਦਮਨ ਜਾਵਲ ਜਲ ਸਰਾ ਸੰਗਤ ਸੰਗ ਦੋਖ ਨਹੀਂ ਰੇ। ਦਾਦਰ ਤੂੰ ਕਬੈ ਨਾ ਜਾਣਸ ਰੇ, ਭਕਸ ਸਬਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸ ਰੇ। ਹੁਣ ਦੇਖੋ ਮਹਾਰਾਜ ਇਸ ਤੋਂ ਅੱਗੇ ਗੱਲ ਕਰਦੇ, ਅਤੇ ਮੇਰਾ ਖਿਆਲ ਉੱਥੇ ਝੀਲਾਂ ਬੜੀਆਂ ਸਨ ਜੀ ਪਹਿਲਾਂ, ਹੁਣ ਤਾਂ ਚਲੋ ਗੰਗਾ ਵੀ ਸੁੱਕ ਕੇ ਪਰਾਂ ਦੂਰ ਚਲੀ ਗਈ, ਉਸ ਵਕਤ ਕਮਲ ਦਾ ਫੁੱਲ ਖਿੜਿਆ ਹੋਵੇਗਾ ਜੇ ਸਾਹਮਣੇ ਮਹਾਰਾਜ ਦੀ ਉਦਾਹਰਨ ਲਈ। ਅਤੇ ਮਹਾਰਾਜ ਕਹਿੰਦੇ ਦੇਖ ਕਮਲ ਦਾ ਫੁੱਲ ਨਿਰਲੇਪ ਹੈ, ਪਰ ਦਾਦਰ ਇਹਦਾ ਅਰਥ ਦਾਦੁਰ ਦਾ ਅਰਥ ਉਹ ਡੱਡੂ ਮਨ, ਤੂੰ ਕਬਹਿ ਨਾ ਜਾਣ ਸਰੇ, ਭਕਸ ਸਬਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਕਸਰੇ। ਕਿ ਡੱਡੂ ਤੂੰ ਕਮਲ ਦੀਆਂ ਜੜ੍ਹਾਂ 'ਚ ਰਹਿੰਦਾ, ਚਿੱਕੜ 'ਤੇ ਜਾਲਾ ਖਾਈ ਜਾਂਦਾ, ਤੂੰ ਕਮਲ ਤੋਂ ਕੁਛ ਸਿੱਖ ਲੈਂਦਾ, ਕਮਲ ਤਾਂ ਚਿੱਕੜ ਵਿੱਚੋਂ ਸੁਗੰਧੀ ਲੈ ਗਿਆ,
तू इहदियां जड़ां विच रहिंदा होया भी केवल औगण ही इकट्ठे करी जा रहा। इहदा मतलब इह सी धर्म अस्थान ते रहिंदा बंदा कई वारी डड्डू बिरती वाला औगण ही इकट्ठे करदा है। मैं सिर्फ एक बेनती करनी है भाई, गुरु ने शब्द वरत्या है गुणवंती कि अपना गुणा नूं इकट्ठिया करिए। ते कल मैं कहा सी गुरमुखो सच ए जे ए गुण साडी आत्मा दे सहायक ने। गुरु साहब ने कहा लोक अवगुणा की बनै गंठड़ी, गुण ना बिहाजै कोए, गुण का गाहक नानका विरला कोई होए। नाले भी कहा कि विण गाहक गुण वेचिए। मैं सिर्फ समाप्ति कर लगा गुणवंती अगे चलना भी जो दिस है गुर सिखड़ा। जे तुसी किसे बेकदरे नू गुण दोगे ना वो छेती कित जानता नहीं। अज भी जी जिन्हां सिंघां अमृत छकिया उन्होंने पता होना कि अरदास करन तो पहला पांच प्यारे की कहिंदे। जदों पहली अरदास हुंदी अमृत संचार शुरू होने लग्या वो ये गल कहिंदे आ जिहड़ा बंदा लालच नाल डर नाल भय नाल किसी भी अंदर दी औगण बिरती नाल कह लो मजबूरी नाल आया है वो बाहर जा सकता है। अमृत की दात वो लवे जिहड़ा अमृत का कदरदान ते दिलों इच्छा रखता है। आ सिख जगत से जी मैं ता कहा जिन्हां छकिया नूं पता पहली गल ये कहिंदे आ जे अमृत की कदर है तो अमृत की दात लैनी तो तू बाहर जा सकना, तेरी कोई मजबूरी नहीं, धक्का नहीं तेरे नाल, तेरे अंदर चाह पैदा हो जाए तू समझ सके इस गल नूं। हजूर ने कहा कि जे तुसी जेड़े बंदे बेकदरे आ सच ए वे ओह गुणा की सार बिल्कुल नहीं जानते। हजूर दे बचन ने विण गाहक गुण वेचिए तौ गुण सहगो जाए, गुण का गाहक जे मिले तौ गुण लाख विकाए, जे गुणा का ग्राहक मिल जाए तो तुहाडा गुण लखां दा जाएगा। तो गुरमुखो जिहड़ा गुणा का नहीं गाहक उहदे सामने जिन्ना मर्जी तुसीं ब्रह्मा हुको कहो ना माने। कहिंदे ने ब्रह्मा वर्गा भी वेद उचारण करी जाए साकत बंदा उहदा भी मजाक उड़ाई जांदा क्योंकि उहनूं समझ कोई नहीं। पर गुण लई जे दुख भी पाना पए तो तां भी कोई खर्च नहीं, गुण लै लेना चाहीदा है। मैं समाप्ति ते जिहड़ा गुण दे सबजैक्ट ते समाप्ति करांगा जिहड़ी उत्थे महाराज ने गल कही। उदाहरणां सारियां मैनूं कई वारी कई सिंह कहिंदे आ वी तुसीं पिंडां दीआं पुराणियां गल्लां सुणांदे हो। मैं टोरंटो गया उत्थे वो बच्चे नौजवान कहिंदे सानूं कई गल दी समझ नहीं पैंदी। मैं कहा भी मजबूरी तुहाडी भी है, घर च पंजाबी नहीं बोलदे ते मजबूरी साडी है, असीं भी वलायती ज़्यादा बनना चाहते हाँ, देसी बन के असीं भी राजी ने कि वह शिंगार के शब्दावली वाहगुरू जी। हुण गुरु ग्रंथ साहिब च एक बचन हुंदा कबीर रस को गांडो चूसी है। साढ़े अज भी पंजाब शहरियां दे मुंडे कहिंदे ने मैनू गन्ना ले हदो मैं गन्ना खाणा, कईआं नूं ते चुपणा ही नहीं आउंदा, गन्ना नहीं चुपना गन्ना खाने ही कहिंदे। गुरु ग्रंथ साहिब च कितें नहीं लिखा गन्ना खाणा। महाराज कहिंदे ने कबीर रस को गांडो चूसी है गुण को मरिया रोए। कहिंदे ने गुण लै लै जिवें गन्ना चुपीदा है। टीकाकारां ने अर्थ किए ने भी गन्ना रस कट्ठा करके भी वह रस लई भी इन्ने वड्डी मुसीबत इन्ना वड्डा दुख जरदा है क्योंकि उहनू कोहलू च पीड़िया जांदा है, पीड़न तो बाद उहनू पाया जाता है जी कड़ाहे विच अग बाल के वह उबलती है सारी रोह रस उबलता। पर इत्थे शब्द ना तो वेलने का जिक्र किया ते ना इत्थे कड़ाए। हाँ एक थां गुरु ग्रंथ साहिब च आउंदा है वेख जे मिठा कट्टिया कट कुट कुद्दा बद्दा पाए, खुंडा अंदर रख के देण सो मल सजाए, रस कस टट्टर पाईऐ तपै तां वेलाए। पर इत्थे तां शब्द वरत्या रस को गांडो चूसीऐ। मैं इह नहीं मैं टीकाकारां नूं खंडन कर रहा, एक दिन पाठ करदिआं मन च आया भी इत्थे उत्थे अग दा जिक्र कीता भी लठां विच रख के कोहलू च रख के पीड़ दित्ता। इत्थे कहा भाई इस तरह गुण इकट्ठे कर लई जिमें गन्ने का रस चूसन लई दुख सहना पैंदा है। ओह किवें हुण जिन्हें गन्ना चूपिया पता उहनूं है, दूजे ने कहना भी इह उत्थे दुख कहदा। आप देखो जदों आपां गन्ना चूसने इहदे अर्थ भावें गन्ना सारी जिंदगी कोई ना चूपे जिदन बाणी का श्लोक आएगा इहदे अर्थ ही करने पैणगे। हुण जदों आपां वेलणे जोए हुंदे सन दुआबे च कई वारी शब्द कुल्हाड़ी भी वरदे आ जी, कोहलू भी वरदे आ। हुण गन्ना उस वक्त कटना उहनूं चूपल सारा दिन गन्ने चूपदे रहना ते तुसीं देखोगे कई वारी गन्ना चूपदिआं होइआं उहदी जिहड़ी छिलतरां सन
ਬਰੀਕ ਬਰੀਕ ਗੰਨੇ ਦੀ ਛਿਲਕੇ ਜਿਹੜੇ ਨੇ ਉਹ ਮਸੂੜਿਆਂ ਨੂੰ ਵੱਜਦੇ ਸਨ ਅਤੇ ਜਦੋਂ ਚੂਪ ਕੇ ਬਾਹਰ ਸੱਢਦੇ ਸਨ ਨਾ ਜੀ ਤਾਂ ਆਪਣਾ ਖੂਨ ਉਹਦੇ ਉੱਤੇ ਲੱਗਾ ਹੁੰਦਾ ਸੀ, ਮਸੂੜੇ ਸਾਰੇ ਛਿੱਲ ਦਿੰਦੇ ਸਨ, ਖੂਨ ਨਿਕਲਦਾ ਸੀ। ਸਾਰਾ ਦਿਨ ਗੰਨਾ ਚੁੱਪਿਆ ਹੋਣਾ, ਰਾਤ ਨੂੰ ਰੋਟੀ ਖਾਣੀ ਅਤੇ ਜਦੋਂ ਲੂਣ ਵਾਲੀ ਦਾਲ ਸਬਜ਼ੀ ਕੋਈ ਬੁਰਕੀ ਲਾ ਕੇ ਖਾਣੀ, ਸੱਚੀ ਮੁੱਚੀ ਅੰਦਰ ਮੱਚ ਉੱਠਦਾ ਸੀ, ਮੂੰਹ ਅੱਖਾਂ 'ਚੋਂ ਪਾਣੀ ਨਿਕਲਦਾ ਸੀ, ਜ਼ਖਮ ਉੱਤੇ ਲੂਣ ਦੁੱਖ ਬੜਾ ਦਿੰਦਾ ਸੀ। ਅਤੇ ਮੈਨੂੰ ਯਾਦ ਹੈ ਜਦੋਂ ਕਿਤੇ ਰੋਟੀ ਖਾਂਦੇ ਆ ਰੋਣਾ ਵੀ ਬੜਾ ਬੁਰਾ ਹਾਲ, ਰੋਟੀ ਨਹੀਂ ਖਾਧੀ ਜਾਂਦੀ ਅਤੇ ਮਾਈਆਂ ਝਿੜਕ ਕੇ ਕਹਿੰਦੀਆਂ ਮੋਇਆ ਸਾਰਾ ਦਿਨ ਗੰਨੇ ਕੋ ਚੂਪਦਾ ਰਿਹਾ। ਇਹ ਸ਼ਬਦ ਵਰਦੀਆਂ ਸਨ, ਇਹ ਬੜੇ ਸ਼ਬਦ ਪਿਆਰੇ ਸਨ ਜੀ। ਸਾਰਾ ਦਿਨ ਗੰਨੇ ਚੁੱਪਦਾ ਮਰਦਾ ਰਿਹਾ, ਹੁਣ ਕਿਉਂ ਰੋਣਾ, ਸਵੇਰੇ ਨਾ ਚੁੱਪੀ। ਕਹਿਣਾ ਵੀ ਨਹੀਂ ਸਵੇਰੇ ਨਹੀਂ ਚੁੱਪਣੇ, ਰਾਤ ਦੁੱਖ ਪਾਇਆ। ਸਵੇਰੇ ਫਿਰ ਜਦੋਂ ਖੇਤਾਂ 'ਚ ਗਏ, ਦਿਲ ਕੀਤਾ ਚਲੋ ਇੱਕ ਚੂਪ ਲਓ, ਦੂਜਾ ਨਹੀਂ। ਮਹਾਰਾਜ ਕਹਿੰਦੇ ਆ ਵੇਖ ਤੂੰ ਰਾਤ ਨੂੰ ਦੁੱਖ ਵੀ ਪਾ ਰਿਹਾ, ਜਦੋਂ ਤੂੰ ਸਲੂਣਾ ਖਾਂਦਾ ਤੇਰੇ ਮਸੂੜਿਆਂ ਉੱਤੇ ਲੂਣ ਤੈਨੂੰ ਦੁੱਖ ਦਿੰਦਾ, ਰੋਟੀ ਤੇਰੇ ਅੰਦਰ ਨਹੀਂ ਨਿਕਲਦੀ, ਸਵੇਰੇ ਫਿਰ ਤੂੰ ਰਸ ਚੂਸਣ ਵਾਸਤੇ ਆ ਜਾਂਦਾ। ਪਿਆਰਿਆ ਜਿਵੇਂ ਗੰਨੇ ਦਾ ਰਸ ਚੂਸਣ ਲਈ ਦੁੱਖ ਪਾ ਕੇ ਵੀ ਰਸ ਨੂੰ ਛੱਡੀਦਾ ਨਹੀਂ, ਗੁਣ ਮਿਲਦਾ ਹੋਵੇ ਤਾਂ ਜਿੰਨਾ ਮਰਜ਼ੀ ਦੁੱਖ ਸਹਿਣਾ ਪਏ ਦੁੱਖ ਸਹਿ ਕੇ ਵੀ ਗੁਣ ਨਹੀਂ ਛੱਡੀਦਾ। ਕਬੀਰ ਰਸ ਕੋ ਗਾਂਡੋ ਚੂਸੀਏ, ਗੁਣ ਕੋ ਮਰੀਏ ਰੋਏ, ਅਵਗਣ ਯਾਰ ਹੈ ਮਾਨਸਾ ਭਲੋ ਨਾ ਕਹਿ ਕੋਈ। ਪਹਿਲੀ ਬੇਨਤੀ ਸੀ, ਇਸ ਸ਼ਬਦ ਦਾ ਸਿਰਲੇਖ ਸੀ ਸੂਹੀ ਮਹੱਲਾ ਪੰਜਵਾਂ ਗੁਣਵੰਤੀ, ਜਿਹੜੀ ਸੁਚੱਜੀ ਕੁਚੱਜੀ ਤੋਂ ਕੁਚੱਜੀ ਸੁਚੱਜੀ ਤੋਂ ਅੰਦਰ ਦੇ ਪੜਾਂ ਤੈਅ ਕਰਕੇ ਅਖੀਰ 'ਤੇ ਮੰਜ਼ਿਲ 'ਤੇ ਆ ਗਈ ਉਹ ਗੁਣਵੰਤੀ ਹੈ। ਗੁਣਵੰਤੀ ਦਾ ਪਹਿਲਾ ਬਚਨ ਹੈ ਜੋ ਦਿਸ ਹੈ ਗੁਰਸਿੱਖੜਾ। ਇਹ ਵੀ ਯਾਦ ਰੱਖੋ ਪਹਿਲਾ ਦੋ ਸ਼ਬਦਾਂ ਵਿੱਚ ਇਸਤਰੀ ਰੂਪ 'ਚ ਕਿਹਾ, ਫਿਰ ਸੁਣਿਓ ਹਾਲਾਂ ਸਰਲੇਖ ਦਾ ਇਸਤਰੀ ਹੈ। ਕੁਚੱਜੀ ਮੰਝ ਕੁਚੱਜੀ ਅਮਾਵਨ ਡੋਸਲੇ ਮੈਂ ਇਸਤਰੀ ਔਗਣਾਂ ਨੂੰ ਭਰੀ। ਸੁਚੱਜੀ ਵਿੱਚ ਵੀ ਆਇਆ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਹਿ ਮੈਂ ਰਾਜ ਜੀਓ। ਇੱਥੇ ਸਰਲੇਖ ਇਸਤਰੀ ਲਿੰਗ ਹੈ ਗੁਣਵੰਤੀ, ਪਰ ਜਿਹੜਾ ਸ਼ਬਦ ਹੈ ਉਹ ਦੂਜੇ ਅਰਥ ਕਰ ਰਿਹਾ ਪੁਲਿੰਗ ਦੇ, ਪੁਰਸ਼ ਦੇ ਅਰਥ ਕਰ ਰਿਹਾ ਜੋ ਦਿਸ ਹੈ ਗੁਰ ਸਿੱਖੜਾ। ਸੁਣਿਓ ਇਸ ਗੱਲ ਨੂੰ ਫਿਰ ਦੁਬਾਰਾ, ਸਰਲੇਖ ਇਸਤਰੀ ਲਿੰਗ ਹੈ ਗੁਣਵੰਤੀ ਗੁਣਾਂ ਵਾਲੀ, ਜੋ ਦਿਸ ਹੈ ਗੁਰ ਸਿੱਖੜਾ। ਅਤੇ ਜਿਹੜਾ ਪੁੱਛਣ ਗਿਆ ਉਹ ਵੀ ਆਪਣੇ ਆਪ ਨੂੰ ਇਸਤਰੀ ਰੂਪ ਨਹੀਂ ਕਹਿੰਦਾ, ਉਹ ਕਹਿ ਰਿਹਾ ਹੋ ਆਇਆ ਦੂਰੋਂ ਚੱਲ ਕੇ, ਆਈ ਨਹੀਂ ਕਿਹਾ। ਇਹਦਾ ਮਤਲਬ ਸਰਲੇਖ ਇਸਤਰੀ ਲਿੰਗ 'ਚ ਹੈ, ਪਰ ਜਿਹੜਾ ਸੰਵਾਦ ਹੈ ਉਹ ਪੁਲਿੰਗ 'ਚ ਹੈ। ਇੱਕ ਪੁਰਸ਼ ਗੁਣਵੰਤੇ ਪੁਰਸ਼ ਨੂੰ ਗੁਰਮੁਖ ਨੂੰ ਪੁੱਛ ਰਿਹਾ, ਪਰ ਇਸ ਗੁਣਵੰਤੀ ਦਾ ਅਰਥ ਗੁਰਸਿੱਖੜੇ ਦਾ ਇਕੱਲਾ ਪੁਲਿੰਗ 'ਚ ਨਹੀਂ ਕਰਨਾ। ਪਲੀਜ਼ ਜਿਸ ਬੀਬੀ ਉੱਤੇ ਵੀ ਰੱਬ ਦੀ ਕਿਰਪਾ ਹੋ ਜਾਏ ਉਸ ਗੁਰਮੁਖ ਬੀਬੀ ਨੂੰ ਵੀ ਪੁੱਛਿਆ ਜਾ ਸਕਦਾ ਰੱਬ ਕਿਵੇਂ ਮਿਲਦਾ ਹੈ। ਤਾਂ ਮੈਂ ਬੇਨਤੀ ਕੀਤੀ ਜਿਵੇਂ ਕੁਚੱਜੀ ਅਤੇ ਸੁਚੱਜੀ ਨਰ 'ਤੇ ਢੁੱਕਦਾ ਹੈ, ਇੱਥੇ ਹੁਣ ਸ਼ਬਦ ਆਇਆ ਜੇ ਜੋ ਜਿਹੜਾ ਗੁਰਸਿੱਖੜਾ ਮੈਨੂੰ ਦਿਸਦਾ। ਮੈਂ ਅੱਜ ਸਿਰਫ ਇਸ ਦੇ ਅਰਥ ਕਰਨੇ ਨੇ ਤਿਸ ਤਿਸ ਨਿਵ ਨਿਵ ਲਾਗੂ ਪਾਏ ਜੀਓ, ਗੁਰਸਿੱਖੜੇ ਦੇ ਆਪਾਂ ਕੱਲ੍ਹ ਨੂੰ ਕਰਾਂਗੇ। ਉਂਝ ਵੈਸੇ ਗੁਰਸਿੱਖੜਾ ਸ਼ਬਦ ਮੈਂ ਇੱਕ ਵਾਰ ਕਿਹਾ ਸੀ ਇੱਥੇ ਡਾੜਾ ਪਿੱਛੇ ਲੱਗਾ, ਅਤੇ ਗਿਆਨੀ ਮਾਨ ਸਿੰਘ ਚੌਰ, ਕਿਉਂਕਿ ਉਹ ਉਹਨਾਂ ਨੂੰ ਨਮਸਕਾਰ ਜੀ, ਉਹਨਾਂ ਦੀ ਬੜੀ ਵੱਡੀ ਕਮਾਈ ਸੀ, ਅਤੇ ਇਸ ਲਈ ਮੈਂ ਜਿਹੜੇ ਪੁਰਾਤਨ ਸਾਡੇ ਵਿਦਵਾਨ ਨੇ ਮੈਂ ਉਹਨਾਂ ਦਾ ਜ਼ਿਕਰ ਜ਼ਰੂਰ ਕਰਨਾ ਹੁੰਦਾ, ਕਿਉਂਕਿ ਅੱਜ ਦਾ ਵਿਦਵਾਨ ਜਿਹੜਾ ਮੈਨੂੰ ਬਖਸ਼ ਦਿਓ, ਮੈਂ ਹੰਕਾਰ 'ਚ ਨਹੀਂ, ਉਹ ਕਹਿੰਦਾ ਜਿੰਨੇ ਪਹਿਲਾਂ ਹੋਏ ਸਨ ਸਾਰੇ ਮੂਰਖ ਸਨ, ਤੱਤ ਗਿਆਨ ਤਾਂ ਮੈਨੂੰ ਵੀ ਪਤਾ ਲੱਗਾ ਹੈ, ਉਹਨਾਂ ਨੂੰ ਕੋਈ ਪਤਾ ਨਹੀਂ ਸੀ। ਉਹਨਾਂ ਦਾ ਜਦੋਂ ਇਹ ਸ਼ਬਦ ਆਇਆ ਜੀ ਗੁਰਸਿੱਖੜਾ, ਅਤੇ ਮਨ ਮੇਰੇ 'ਚ ਵੀ ਬੜੀ ਆਉਣਾ ਵੀ ਔਰ ਸਾਡੇ ਹਰਿਆਣੇ 'ਚ ਲਫਜ਼ ਅਪਮਾਨਜਨਕ ਸ਼ਬਦਾਵਲੀ ਵਰਤਦੇ ਸਨ ਗੋਰੇ, ਆਪਣੇ ਆ ਜਾਟੂ ਉਹ ਸਿੱਖੜੇ, ਇਸ ਤਰ੍ਹਾਂ ਸ਼ਬਦ ਵਰਤੇ, ਇਹ ਸ਼ਬਦ ਵਰਤਦੇ ਰਹੇ ਉੱਥੇ, ਪਰ ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਜੋ ਦਿਸ ਹੈ ਗੁਰਸਿੱਖੜਾ। ਅਤੇ ਚੌਹਰ ਸਾਹਿਬ ਕਹਿੰਦੇ ਆ ਕਿ ਜਿਸ ਉਸਤਾਦ ਤੋਂ ਮੈਂ ਪੜ੍ਹਿਆ ਅਤੇ ਮੈਂ ਅਰਥ ਕੀਤੇ ਜੋ ਦਿਸ ਹੈ ਗੁਰਸਿੱਖੜਾ ਦਾ ਅਰਥ ਕੀਤਾ ਜਿਹੜਾ ਗੁਰੂ ਕਾ ਸਿੱਖ ਮਿਲੇ। ਉਹ ਕਹਿੰਦੇ ਨੇ ਇੱਕ ਇਹ ਵੀ ਅਰਥ ਕਰਦੇ ਸਨ ਜੋ ਦਿਸ ਹੈ ਗੁਰ ਸਿੱਖੜਾ, ਸਿੱਖ ਖਲੋਤਾ ਹੈ ਨਾ, ਉਹ ਕਹਿੰਦੇ ਜਿਹਦੇ ਤੋਂ ਮੈਂ ਪੜ੍ਹਿਆ। ਉਹਨਾਂ ਮੈਨੂੰ ਕਿਹਾ ਵੀ ਕਰ ਚੌਰ ਅਰਥ, ਕਹਿੰਦੇ ਮੈਂ ਅਰਥ ਕੀਤੇ ਜਿਹੜਾ ਗੁਰੂ ਦਾ ਸਿੱਖ ਮਿਲ ਜਾਏ। ਉਹ ਕਹਿਣ ਲੱਗੇ ਤਾਂ ਇਹ ਵੀ ਸ਼ਬਦ ਹੁੰਦਾ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਉੱਥੇ ਕੀ ਕਰੇ, ਕਹਿੰਦਾ ਉਹਦੇ ਅਰਥ ਵੀ ਗੁਰਸਿੱਖ। ਕਹਿੰਦੇ ਇੱਥੇ ਡਾੜਾ ਕਿਉਂ ਲਾਇਆ, ਕਹਿੰਦੇ ਮੈਂ ਕਿਹਾ ਜੀ ਮੈਨੂੰ ਸਮਝ ਕੋਈ ਨਹੀਂ। ਕਹਿੰਦੇ ਮੇਰੇ ਫਿਰ ਉਸਤਾਦ ਨੇ ਕਿਹਾ ਕਿ ਪੰਜਾਬੀ ਵਿੱਚ ਡਾੜਾ ਸ਼ਬਦ ਲਾਡ ਭਰਿਆ ਹੈ, ਇਹ ਪ੍ਰੇਮ ਭਰਿਆ ਹੈ,
ਸੱਚੀ ਮੁੱਚੀ ਰਸ ਭਰਿਆ ੜਾੜਾ ਸ਼ਬਦ। ਫਿਰ ਉਹਨਾਂ ਨੇ ਸਮਝਾਇਆ ਮੈਨੂੰ, ਮੈਂ ਇਸ ਕਰਕੇ ਨਹੀਂ ਮੈਂ ਗੱਲ ਕਹਿਦਾ ਜੀ ਮੈਨੂੰ ਪਤਾ ਹੈ, ਉਹਨਾਂ ਬਜ਼ੁਰਗਾਂ ਦੀਆਂ ਮਿਹਨਤਾਂ ਸਨ ਜੀ। ਉਹ ਕਹਿੰਦੇ ਨੇ ਮੈਨੂੰ ਉਹਨਾਂ ਸਮਝਾਇਆ, ਕਹਿਣ ਲੱਗੇ ਦੇਖ ਬੱਚਾ ਹੋਵੇ ਸੁੱਤਾ ਅਤੇ ਉਹਨੇ ਜਾਣਾ ਹੋਵੇ ਸਕੂਲ ਅਤੇ ਮਾਂ ਆਵਾਜ਼ ਮਾਰ ਕੇ ਕਹਿੰਦੀ ਉੱਠ ਵੇ ਮੂੰਹ ਧੋਲਾ ਫਟਾਫਟ, ਇਸ ਤਰੀਕੇ ਨਾ ਮੂੰਹ ਧੋਲਾ। ਅਤੇ ਜੇ ਉਹ ਨਾ ਉੱਠੇ ਰੀਣੀ ਕਰੇ ਰੋਏ, ਕਈ ਵਾਰੀ ਉਹਨੂੰ ਪਕੜ ਕੇ ਉਠਾਉਂਦੀ ਉੱਠ ਤਾਂ ਉਹ ਰੋਣ ਅਤੇ ਇੱਕੋ ਦਮ ਬਾਹੋਂ ਖਿੱਚ ਕੇ ਲੈਂਦੀ ਲਿਆ ਪਹਿਲਾਂ ਤੇਰਾ ਬੂਥਾ ਧੋਲਾ ਮੈਂ, ਕਹਿੰਦਾ ਹੈ ਉਹ ਮੂੰਹ ਹੀ ਪਹਿਲਾਂ ਕਹਿੰਦੀ ਹੈ ਮੂੰਹ ਧੋਲਾ ਆਹ ਮੁੱਖ ਧੋ ਪੁੱਤ ਉੱਠ ਮੂੰਹ ਧੋਲਾ। ਜੇ ਨਾ ਮੰਨੇ ਤਾਂ ਖਿੱਚ ਕੇ ਕਹਿੰਦੀ ਲਿਆ ਮੈਂ ਤੇਰਾ ਬੂਥਾ ਧੋ ਦਿਆਂ। ਕਹਿਣ ਲੱਗੇ ਜਦੋਂ ਪਿਆਰ ਚਾਈ ਹੋਵੇ ਮੂੰਹ ਧੋਤਾ ਹੋਵੇ ਅਤੇ ਜਦੋਂ ਜੂੜਾ ਵਾਂਦੀ ਹੋਵੇ ਅਤੇ ਬੱਚੇ ਦਾ ਮੱਥਾ ਚੁੰਮ ਕੇ ਕਹਿੰਦੀ ਮੇਰੇ ਪੁੱਤਰ ਦਾ ਮੁੱਖੜਾ ਕਿੰਨਾ ਸੋਹਣਾ ਹੈ। ਉਹ ਕਹਿੰਦੇ ਸੀ ਬੜਾ ਲਾਡ ਭਰਿਆ ਸ਼ਬਦ, ਉਹਨਾਂ ਨੇ ਸ਼ਬਦ ਵਰਤੇ ਜੀ। ਕਹਿੰਦੇ ਗੁਰੂ ਸਾਹਿਬ ਨੇ ਇਹ ਸ਼ਬਦ ਵਰਤਿਆ, ਗੁਰਸਿੱਖੜਾ ਦਾ ਅਰਥ ਜਿਹੜਾ ਅੱਤ ਦਾ ਪਿਆਰਾ ਹੈ। ਅੱਤ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤਾ ਅੱਤ ਦਾ ਸੋਹਣਾ, ਸੋਹਣਾ ਗੁਰਸਿੱਖ, ਅੱਤ ਦਾ ਪਿਆਰਾ। ਇਹ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਲਈ ਵੀ ਸ਼ਬਦ ਵਰਤਿਆ, ਸਾਜਨੜਾ ਮੇਰਾ ਸਾਜਨੜਾ। ਸ਼ਬਦ ਤਾਂ ਸਾਜਨ ਹੈ ਨਾ ਜੀ, ਉੱਥੇ ਸ਼ਬਦ ਵਰਤਿਆ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਜਾਨੀਅੜਾ ਸ਼ਬਦ ਜਾਨੀ ਹੈ, ਜਾਨੀ ਦਾ ਅਰਥ ਪਿਆਰਾ, ਜਾਨੀਅੜਾ ਮੇਰਾ ਪਿਆਰਾ ਸ਼ਬਦ ਹੈ। ਇੱਠ ਗੁਸਾਈ ਮਹਿੰਡਾ ਇੱਠੜਾ, ਇੱਠ ਦਾ ਲਫਜ਼ੀ ਅਰਥ ਪਿਆਰਾ ਪਰ ਗੁਰਮੁਖੋੜਾੜਾ ਪਿੱਛੇ ਲਾ ਕੇ ਹੋਰ ਵੀ ਭਾਵ ਨਾਲ ਭਰ ਦਿੱਤਾ, ਇੱਠੜਾ ਦਾ ਅਰਥ ਹੋਰ ਪਿਆਰਾ। ਇੱਥੇ ਗੱਲ ਯਾਦ ਰੱਖਿਓ, ਗੁਰਸਿੱਖੜਾ ਪਿਆਰਾ ਸ਼ਬਦ, ਅੱਤ ਦਾ ਸੋਹਣਾ ਸ਼ਬਦ। ਮੈਂ ਬੇਨਤੀ ਕਰਾਂਗਾ ਅਗਲੀ ਗੱਲ ਹੈ, ਤਿਸ ਨਿਵ ਨਿਵ ਲਾਗੂ ਪਾਏ ਜੀਓ। ਗੁਰਸਿੱਖੜਾ ਦੇ ਅਰਥ ਆਪਾਂ ਕਰਾਂਗੇ ਨਾਲ, ਇਹਦੇ ਲਫਜ਼ੀ ਅਰਥ ਜਿਹੜਾ ਗੁਰੂ ਕਾ ਪਿਆਰਾ ਸਿੱਖ ਮਿਲੇ, ਮੈਂ ਝੁੱਕ ਝੁੱਕ ਕੇ ਨਿਵ ਨਿਵ ਕੇ ਉਹਦੇ ਪੈਰਾਂ ਨੂੰ ਲੱਗਾਂ, ਪੈਰੀ ਪਵਾਂ। ਪਰ ਹੁਣ ਨਹੀਂ ਕੋਈ ਕਿਸੇ ਦੇ ਪੈਰੀ ਪੈਂਦਾ ਜੀ, ਜੇ ਕੋਈ ਬਜ਼ੁਰਗ ਆਪਣੇ ਦੀ ਵੀ ਪੈਰੀ ਪੈਣ ਲੱਗਦਾ ਸੀ ਇੱਕਦਮ ਕਹਿੰਦੇ ਪਿਛਾਂ ਟੋਏ ਮੱਥਾ ਨਹੀਂ ਟੇਕੀ ਦਮਦਾ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਇਸ ਤਰ੍ਹਾਂ ਹੀ ਕਹਿੰਦੇ ਹਾਂ ਨਾ ਜੀ। ਪਰ ਮੈਂ ਇੱਕ ਬੇਨਤੀ ਤੁਹਾਨੂੰ ਕਰਾਂਗਾ, ਮੈਂ ਕੱਲ੍ਹ ਵੀ ਕਿਹਾ ਵੀ ਫੀਲ ਅੰਦਰੋਂ ਉਂਝੀ ਕੋਈ ਨਹੀਂ ਖਿੱਚ ਰਹੀ, ਰਿਸ਼ਤਿਆਂ ਦੀ ਖਿੱਚ ਮੁੱਕ ਚੁੱਕੀ ਹੈ, 15-20 ਸਾਲ ਇੱਕ ਪੀੜ੍ਹੀ ਕੱਢ ਜਾਂਗੇ ਉਹ ਖਿੱਚ ਨਹੀਂ। ਪਰ ਇਹ ਜਿਹੜੇ ਸ਼ਬਦ ਅਸੀਂ ਕਹਿ ਕਹਿ ਕੇ ਬਜ਼ੁਰਗ ਦਾ ਸਨਮਾਨ ਕਰਨਾ ਪਰ ਗੁਰੂ ਤੁਲ ਨਹੀਂ। ਤੁਸੀਂ ਦੇਖੋ ਜੇ ਮੰਨ ਲਓ ਬਜ਼ੁਰਗ ਹੈ ਆਪਣਾ, ਦਾਦਾ ਹੈ ਪਿਤਾ ਹੈ, ਅਤੇ ਜੇ ਬੱਚਾ ਉਹਦੇ ਪੈਰੀ ਹੱਥ ਲਾਉਂਦਾ ਉਹਦੇ ਅਰਥ ਇਹ ਮਤ ਕਰੋ ਵੀ ਇਹਨੇ ਗੁਰੂ ਦੀ ਬੇਅਦਬੀ ਕਰ ਦਿੱਤੀ। ਰਿਸ਼ਤੇ ਦੀ ਆਪਣੀ ਕੋਈ ਥਾਂ ਹੁੰਦੀ ਹੈ। ਮੈਨੂੰ ਯਾਦ ਹੈ ਸਾਡੇ ਕਥਾਵਾਚਕ ਉਹ ਕਹਿੰਦੇ ਸਨ ਬਾਬਾ ਕਾਲੂ ਜੀ, ਹਾਲਾਂਕਿ ਇਤਿਹਾਸ 'ਚ ਨਹੀਂ ਇਹ ਉਹਨਾਂ ਦੇ ਲਫ਼ਜ਼ ਸਨ, ਕਿ ਅੰਤਲੇ ਸਮੇਂ ਜਦੋਂ ਕਿਹਾ ਪੁੱਤ ਕਰਤਾਰਪੁਰ ਹੁਣ ਤਾਂ ਘੱਟੋ ਘੱਟ ਮੇਰੀ ਗੱਲ ਮੰਨ ਲੈ, ਸਾਰੀ ਜ਼ਿੰਦਗੀ ਪਿੱਤਰਾਂ ਦੇ ਸਰਾਧ ਕਰਨੇ ਨੇ। ਕਹਿੰਦੇ ਨੇ ਇਹ ਵੈਸੇ ਪ੍ਰਸੰਗ ਹੈ ਕਿ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਉਹ ਪਿਤਾ 'ਤੇ, ਅਤੇ ਕਹਿਣ ਲੱਗੇ ਕਿਹੜੇ ਪਿੱਤਰ, ਪਿੱਤਰ ਤਾਂ ਪਰਮਾਤਮਾ ਦੇ ਘਰ ਵਿੱਚ ਸਾਰੇ ਪ੍ਰਵਾਨ ਹੋ ਚੁੱਕੇ ਆ, ਅਤੇ ਜਿਹੜੇ ਬਜ਼ੁਰਗ ਜਾ ਚੁੱਕੇ ਹੁੰਦੇ ਆ ਨਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਨਾਮ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਭਲਾ ਕਰ ਜਾਂਦਾ, ਅਤੇ ਜਿਸ ਘਰ 'ਚ ਬੰਦਗੀ ਵਾਲਾ ਪੈਦਾ ਹੋ ਜਾਏ ਉਹ ਮਰ ਚੁੱਕਿਆਂ ਦਾ ਵੀ ਭਲਾ ਕਰ ਜਾਂਦਾ। ਜੇ ਸਿਮਰਤ ਸਭ ਕਿਲਵਿਕ ਨਸ ਹੈ, ਪਿੱਤਰੀ ਪੁੱਤਰੀ ਬਾਅਦ 'ਚ ਪੁੱਤਰੀ ਭਵਿੱਖ ਹੈ, ਪਿੱਤਰੀ ਬੀਤਿਆ ਹੋਇਆ ਹੈ, ਬਜ਼ੁਰਗ ਉਹ ਸਾਰੇ ਪਹੁੰਚ ਗਏ। ਜਦੋਂ ਮਹਾਰਾਜ ਜੀ ਨੇ ਪਿਤਾ ਜੀ 'ਤੇ ਬਖਸ਼ਿਸ਼ ਕੀਤੀ, ਕਿਰਪਾ ਹੋਈ, ਅਤੇ ਉਸ ਵਕਤ ਇੱਕੋ ਹੀ ਆਇਆ, ਮੇਰਾ ਪੁੱਤਰ ਏ। ਨੇਤਰ ਭਰ ਕੇ ਅੰਤਲੇ ਸਮੇਂ ਕਹਿੰਦੇ ਨੇ ਬੱਚੇ ਸ਼ਬਦ ਗੁਰੂ ਜਾਣ ਕੇ ਹੁਣ ਜਿਵੇਂ ਚਰਨਾਂ ਨੂੰ ਪੈਣ ਲੱਗੇ, ਇਹ ਮੈਂ ਤੈਨੂੰ ਬਹੁਤ ਕੁਛ ਬੋਲਿਆ, ਫਿੱਕਾ ਵੀ ਬੋਲਿਆ, ਹੱਥ ਵੀ ਚੁੱਕਿਆ, ਜੋ ਕੁਝ ਅੱਜ ਤੁਸੀਂ ਦਿਖਾਇਆ ਇਹ ਉਦਨ ਕਿਉਂ ਨਾ ਦਿਖਾਇਆ। ਹੱਸ ਕੇ ਕਹਿਣ ਲੱਗੇ ਬਾਪੂ ਜੀ, ਇੱਕ ਥਾਂ ਰੱਖਣੀ ਚਾਹੁੰਦਾ ਸਾਂ ਜਿੱਥੇ ਮੈਂ ਵੀ ਆ ਕੇ ਚੁੱਕ ਜਾਵਾਂ। ਮੈਂ ਇੱਕ ਬੇਨਤੀ ਕਰਾਂਗਾ, ਬਜ਼ੁਰਗ ਦੀ ਆਪਣੀ ਥਾਂ ਹੁੰਦੀ ਹੈ, ਪਰ ਹੁਣ ਤਾਂ ਨਹੀਂ, ਹੁਣ ਘਰ ਬਜ਼ੁਰਗ ਸਿੱਧਾ ਨਿਆਣੇ ਹੱਥ ਮਿਲਾਉਂਦੇ ਆ, ਕੀ ਹਾਲ ਚਾਲ ਹੈ, ਇਸ ਤਰ੍ਹਾਂ ਹੈ ਨਾ ਜੀ। ਵਾਹਿਗੁਰੂ ਜੀ ਨਿਵ ਨਿਵ ਲਾਗੂ ਪਾਏ ਕੀ ਹੈ,
ਹਾਂ ਕਿਸੇ ਗੁਰਮੁਖ ਦਾ ਸਤਿਕਾਰ ਕਰਨਾ। ਹੁਣ ਅਸੀਂ ਆਪਸ 'ਚ ਮਿਲਦੇ, ਅਸੀਂ ਫਤਿਹ ਬੁਲਾਉਂਦੇ ਹਾਂ, ਫਤਿਹ ਹੀ ਬੁਲਾਉਣੀ ਹੈ। ਪਰ ਇਹ ਮੈਂ ਇੱਕ ਵਾਰ ਕਿਹਾ ਸੀ, ਇਹ ਅਸਲ 'ਚ ਗੁਰੂ ਸਾਹਿਬ ਨੇ ਜਦੋਂ ਸ਼ਬਦ ਉਚਾਰਨ ਕੀਤਾ ਉਦੋਂ ਵੀ ਇਹ ਗੁਰਸਿੱਖ ਆਪਸ 'ਚ ਮਿਲਦੇ ਸਨ ਅਤੇ ਇਹ ਸ਼ਬਦਾਵਲੀ ਵਰਤੀ ਜਾਂਦੀ ਸੀ। ਇੱਕ ਸਵਾਲ ਉੱਠੇਗਾ ਜੀ, ਗੁਰੂ ਨਾਨਕ ਸਾਹਿਬ ਵੇਲੇ ਜਦੋਂ ਸਿੱਖ ਸਿੱਖ ਨੂੰ ਮਿਲਦਾ ਸੀ ਕੀ ਬੋਲਦੇ ਸਨ? ਹੁਣ ਚਲੋ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਾਂ, ਕਈ ਸੱਜਣ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਅੱਜ ਕੱਲ੍ਹ। ਮੈਂ ਕਹਿੰਦਾ ਚੰਗੀ ਗੱਲ ਕਹੋ, ਪਰ ਪੰਥ ਜਿਹੜੀ ਸੋਚ ਹੈ ਪਲੀਜ਼ ਉਹਨੂੰ ਨਾ ਆਪਾਂ ਹਟਾਈਏ। ਜੇ ਵਾਹਿਗੁਰੂ ਜੀ ਕਾ ਖਾਲਸਾ ਕਹਿਣ ਲੱਗ, ਗੁਰੂ ਨਹੀਂ ਚੇਤੇ ਹੁੰਦਾ? ਉਹ ਥੋੜ੍ਹਾ ਜਿਹਾ ਖਾਲਸਾ ਸ਼ਬਦ ਤੋਂ ਸ਼ਸਤਰ ਸਾਹਮਣੇ ਦਿਸ ਪੈਂਦੇ ਹੋ ਬਿਰਹਲ ਤਾਂ ਵੀ। ਗੁਰੂ ਸਾਹਿਬ ਦੇ ਵੇਲੇ ਕੀ ਸੀ? ਸਤਿ ਸ਼੍ਰੀ ਅਕਾਲ ਵੀ ਇੱਕ ਵਾਹਿਗੁਰੂ ਸਾਡਾ ਸ਼ਬਦ ਨਹੀਂ ਹੈ ਬੋਲਣ ਵਾਲਾ। ਸਤਿ ਸ਼੍ਰੀ ਅਕਾਲ ਸਾਡਾ ਹਿੱਸਾ ਹੈ ਜਕਾਰੇ ਦਾ, ਜਿਹੜਾ ਪਤਾ ਨਹੀਂ ਪ੍ਰਚਲਿਤ ਕਿਵੇਂ ਹੋ ਗਿਆ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰੇ ਕਹਿੰਦੇ ਆ। ਨਹੀਂ ਗੁਰਮੁਖੋ, ਸਤਿ ਸ਼੍ਰੀ ਅਕਾਲ ਸੰਬੋਧ ਕੀ ਬੋਲਾ ਨਹੀਂ, ਇਹ ਸੰਬੋਧਨ ਕਰਨ ਵਾਲਾ ਨਹੀਂ। ਸੰਬੋਧ ਕੀ ਬੋਲਾ ਗੁਰਦੇਵ ਨੇ ਜਿਹੜੇ ਦਿੱਤਾ ਉਹ ਵਾਹਿਗੁਰੂ ਜੀ ਕੀ ਫਤਿਹ ਹੈ। ਪਹਿਲਾਂ ਕੀ ਸੀ ਇਹ? ਸਾਡੀ ਇੱਕ ਜਨਮ ਸਾਖੀ ਵਿੱਚੋਂ ਵਿਦਵਾਨਾਂ ਨੂੰ ਇਹ ਗੱਲ ਲੱਭੀ ਅਤੇ ਪਿਛਲੇ ਸਾਲਾਂ 'ਚ ਪ੍ਰਚਲਿਤ ਹੋਈ। ਜਦੋਂ ਗੁਰੂ ਨਾਨਕ ਸਾਹਿਬ ਵੇਲੇ ਸਿੱਖ ਮਿਲਦੇ ਸਨ ਕੀ ਬੋਲਦੇ ਸਨ? ਉਸ ਜਨਮ ਸਾਖੀ 'ਚ ਦਾਸ ਨੇ ਪੜ੍ਹਿਆ, ਮੰਨ ਲਓ ਇੱਕ ਸਿੱਖ ਧਰਮਸ਼ਾਲਾ 'ਚ ਆਉਂਦਾ, ਸਿੱਖ ਬੈਠੇ ਨੇ, ਉਹ ਆਉਂਦਿਆਂ ਸਾਰ ਸ਼ਬਦ ਵਰਤਦਾ ਕਰਤਾਰ ਕਰਤਾਰ ਗੁਰੂ ਕਿਉਂ ਸਿੱਖੋ, ਇਸ ਤਰ੍ਹਾਂ ਬੋਲਦੇ ਸਨ। ਕਰਤਾਰ ਕਰਤਾਰ ਗੁਰੂ ਕੇ ਸਿੱਖਿਓ, ਸੱਤ ਕਰਤਾਰ ਹੈ, ਇਹ ਦੋ ਸ਼ਬਦ ਬੋਲਦਾ ਸੀ ਬੋਲਣ ਵਾਲਾ। ਕਰਤਾਰ ਕਰਤਾਰ ਗੁਰੂ ਕੇ ਸਿੱਖਿਓ, ਸੱਤ ਕਰਤਾਰ ਹੈ, ਅਤੇ ਅਗਲੇ ਉੱਤਰ ਦਿੰਦੇ ਸਨ ਹਾਂ ਸੱਤ ਕਰਤਾਰ ਹੈ, ਸੱਤ ਕਰਤਾਰ, ਇਹ ਸੰਬੋਧ ਕੀ ਬੋਲਾ ਸੀ। ਜਨਮ ਸਾਖੀ ਨੇ ਇਹਨੂੰ ਬੜੀ ਕਿਹਾ। ਇੱਥੋਂ ਤੱਕ ਇਹ ਵੀ ਲਿਖਿਆ ਕਿ ਪਰਮਾਤਮਾ ਨੇ ਕਿਹਾ ਕਿ ਜੋਗੀ ਆਦੇਸ਼ ਕਹਿੰਦੇ ਨੇ, ਮੁਸਲਮਾਨ ਇਹ ਕਹਿੰਦੇ ਨੇ, ਨਾਨਕ ਤੂੰ ਕਰਤਾਰ ਕਰਤਾਰ ਜਪਾਏ। ਜਨਮ ਸਾਖੀਆਂ ਤੁਸੀਂ ਪੜ੍ਹਦੇ ਹੋ, ਵਾਹਿਗੁਰੂ ਮੈਂ ਚਲੋ ਕਹਿ ਦੇਣਾ ਪੜ੍ਹ ਦਿਓ, ਮੇਰੀ ਵੀ ਗਲਤੀ, ਸਾਰੇ ਕੋਈ ਨਹੀਂ ਪੜ੍ਹਦੇ, ਸ਼ਬਦ ਕਹਿ ਦੇਣਾ, ਪੜ੍ਹਿਆ ਕਰੋ ਜ਼ਰੂਰ। ਬੱਚਿਆਂ ਨੂੰ ਰਾਤ ਨੂੰ ਇੱਕ ਹੀ ਜਨਮ ਸਾਖੀ, ਇੱਕ ਹੀ ਸਾਖੀ ਪੜ੍ਹ ਲਈ। ਹੁਣ ਕਰੀਏ ਕਿ ਤੁਸੀਂ ਇੱਥੇ ਗੁਰਦੁਆਰੇ ਆਉਣਾ, ਮੇਰੇ ਵਰਗੇ ਗਿਆਨੀ ਨੇ ਕਹਿਣਾ ਜੀ ਇਹ ਸਾਖੀ 'ਚ ਮਿਲਾਵਟ ਜੇ ਨਾ ਪੜਿਆ ਜੇ, ਉਹ ਅਗਲੇ ਦਿਨ ਗੁਰਦੁਆਰੇ ਵਾਪਸ ਦੇਣ ਆਉਂਦਾ ਵੀ ਇਹ ਸ਼ਬਦ 'ਚ ਮਿਲਾਵਟ ਹੋਈ ਪਈ। ਜੇ ਮੰਨ ਲਓ ਇੱਕ ਨਿਆਣਾ ਚਾਰ ਸਾਖੀਆਂ ਚੇਤੇ ਕਰ ਜੂਗਾ। ਮੈਂ ਕਹਿੰਦਾ ਜਿਨ੍ਹਾਂ ਨੇ ਜਨਮ ਸਾਖੀਆਂ ਪੜ੍ਹਦੀਆਂ ਨੇ, ਆਪਣੇ ਡਾਕਟਰ ਕਿਰਪਾਲ ਸਿੰਘ ਦੀ ਕਿਤਾਬ ਹੈ ਜਨਮ ਸਾਖੀ ਪਰੰਪਰਾ, ਉਹਨਾਂ ਨੇ ਸਾਰੀਆਂ ਜਨਮ ਸਾਖੀਆਂ ਇੱਕੋ ਥਾਂ 'ਤੇ ਦਿੱਤੀਆਂ ਨੇ। ਹੁਣ ਉੱਥੇ ਸ਼ਬਦ ਸੀ, ਤੁਸੀਂ ਜਨਮ ਸਾਖੀ 'ਚ ਪੜ੍ਹੋ, ਬਾਬਾ ਜੀ ਤੁਰਦੇ ਨੇ ਅਤੇ ਕਹਿੰਦੇ ਨੇ ਬੋਲ ਭਾਈ ਸੱਤ ਕਰਤਾਰ। ਜਾਂ ਤੁਸੀਂ ਦੇਖ ਲਓ ਕਹਿੰਦੇ ਮਰਦਾਨਿਆਂ ਵੇਖ ਕਰਤਾਰ ਦੇ ਰੰਗ। ਅਸੀਂ ਜੇ ਸ਼ਬਦ ਨੂੰ ਵਾਹਿਗੁਰੂ ਸ਼ਬਦ ਕਹਿੰਦੇ ਹਾਂ, ਵੇਖ ਵਾਹਿਗੁਰੂ ਦੇ ਰੰਗ, ਉਸ ਵਕਤ ਸ਼ਬਦ ਵਰਤਦੇ ਸਨ ਵੇਖ ਕਰਤਾਰ ਦੇ ਰੰਗ। ਉਦੋਂ ਜਦੋਂ ਸਿੱਖ ਸਿੱਖ ਨੂੰ ਮਿਲਦਾ ਸੀ ਅਤੇ ਕਹਿੰਦਾ ਹੁੰਦਾ ਸੀ ਕਰਤਾਰ ਕਰਤਾਰ ਭਾਈ ਗੁਰੂ ਕਿਉਂ ਸਿੱਖੋ, ਉਹ ਕਹਿੰਦੇ ਸਨ ਸੱਤ ਕਰਤਾਰ ਹੈ, ਸੱਤ ਕਰਤਾਰ। ਫਿਰ ਇਹ ਸ਼ਬਦ ਗੁਰੂ ਅੰਗਦ ਦੇ ਵੇਲੇ ਕਿਹਾ ਜਾਂਦਾ ਕਿ ਪੈਰੀ ਪਵਣਾ ਬਣ ਗਿਆ ਸੀ। ਉਦੋਂ ਸਿੱਖ ਸਿੱਖ ਦੇ ਪੈਰੀ ਮੱਥਾ ਟੇਕਦੇ ਸਨ ਜੀ, ਇਹਦਾ ਇੱਕ ਕਾਰਨ ਹੈ। ਉਸ ਵਕਤ ਕੀ ਸੀ ਕਿ ਉੱਚੀ ਜ਼ਾਤ ਵਾਲਾ ਨੀਵੀਂ ਵਾਲੇ ਦੇ ਨੇੜੇ ਬਹਿਣਾ ਵੀ ਪਸੰਦ ਨਹੀਂ ਸੀ ਕਰਦਾ, ਪਰ ਜਦੋਂ ਸੰਗਤ ਵਿੱਚ ਭਾਵੇਂ ਕਿਸੇ ਦੀ ਜ਼ਾਤ ਉੱਚੀ ਹੈ, ਮਿਰਾਸੀ ਹੈ, ਕੁਮਾਰ ਹੈ, ਚਮਾਰ ਹੈ, ਖਿਮਾ ਕਰਿਓ ਮੈਂ ਜ਼ਾਤ ਨਹੀਂ ਕਹਿ ਰਿਹਾ, ਜਦੋਂ ਧਰਮਸ਼ਾਲਾ 'ਚ ਆਏਗਾ ਜਿਹੜਾ ਉੱਚੀ ਕੁੱਲ ਵਿੱਚੋਂ ਵੀ ਸਿੱਖ ਬਣਿਆ। ਬ੍ਰਾਹਮਣ ਸ਼ੂਦਰ ਦੇ ਪੈਰਾਂ 'ਚ ਮੱਥਾ ਟੇਕਦਾ ਸੀ, ਸ਼ੂਦਰ ਬ੍ਰਾਹਮਣ ਦੇ ਪੈਰਾਂ 'ਚ ਟੇਕਦਾ ਸੀ। ਉਦੋਂ ਪੈਰੀ ਪਵਣਾ ਆਇਆ ਜਿਹੜਾ ਤਿਸਨੇਮ ਨਿਵ ਲਾਗੂ ਭਾਈ ਜੀ। ਇੱਥੇ ਭਾਈ ਸਾਹਿਬ ਨੇ ਲਿਖਿਆ ਹੈ ਕਿ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ, ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਭਾਈ ਜੀ। ਪੈਰੀ ਪਵਣਾ ਉਸ ਵਕਤ ਮਹਾਰਾਜ ਨੇ ਕੀਤਾ, ਰਾਣਾ ਰੰਕ ਬਰਾਬਰੀ। ਇਹ ਤੁਕ ਕਹਿੰਦੀ ਏ ਕਿ ਅਮੀਰ ਬੰਦਿਆਂ ਦੇ ਪੈਰਾਂ 'ਚ ਗਰੀਬ ਝੁਕਦੇ ਸਨ, ਗੁਰੂ ਨੇ ਪੈਰੀ ਪਵਣਾ ਇੱਕ ਕ੍ਰਾਂਤੀ ਲੈਣ ਦੀ, ਉੱਥੇ ਹੁਣ ਅਮੀਰ ਵੀ ਗਰੀਬ ਸਿੱਖ ਦੇ ਪੈਰਾਂ ਵੀ ਝੁਕਦਾ ਪਿਆ ਹੈ। ਹੁਣ ਆਏਗੀ ਜੀ ਹੁਣ ਬਰਾਬਰੀ ਫਿਰ ਨਹੀਂ ਜੀ ਫਤਿਹ ਬੁਲਾਉਣੀ? ਜਦੋਂ ਅੰਮ੍ਰਿਤ ਛਕਾਇਆ ਜਾਂਦਾ ਜਿਨ੍ਹਾਂ ਸਿੰਘਾਂ ਛਕਿਆ ਉਹਨੂੰ ਪਤਾ ਹੈ ਜੀ, ਬੀਬੀਆਂ ਨੇ ਪਹਿਲਾਂ ਤਾਂ ਪੰਜ ਚੁਲੇ ਦਿੰਦੇ ਆ ਵੱਖਰੇ, ਪੰਜ ਚੁਲੇ ਦੇ ਬੋਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ, ਫਿਰ ਸਾਰਿਆਂ ਨੂੰ ਕਤਾਰ 'ਚ ਕਰਿਆ ਕੱਟ ਕੇ ਨਾਂ ਨਾਲ ਸ਼ਬਦ ਪੜ੍ਹਦੇ ਆ ਕਿ ਸੁਰ ਨਰ ਮੁੰਜਨ ਅੰਮ੍ਰਿਤ ਖੋਏ, ਅਤੇ ਇੱਕੋ ਬਾਟੇ ਨੂੰ ਮੂੰਹ ਲਾ ਕੇ ਸਾਰਿਆਂ ਨੇ ਅੰਮ੍ਰਿਤ ਛਕਣਾ ਹੈ। ਇਸ ਤਰੀਕੇ ਨਾ ਜੀ ਜਿੰਨਾ ਛਕਿਆ,
ਇੱਕੋ ਬਾਟੇ ਨੂੰ। ਇਸ ਤਰ੍ਹਾਂ ਹੁਣ ਦੇਗ ਵਰਤਾਈ ਜਾਣੀ, ਇਸ ਤਰ੍ਹਾਂ ਵਰਤਾਣਗੇ ਪੰਜਾਂ ਦਾ ਕੱਢ ਕੇ, ਫਿਰ ਜਦੋਂ ਅੰਮ੍ਰਿਤ ਛਕਾਰ ਹੁੰਦਾ ਇੱਕੋ ਬਾਟੇ 'ਚ ਪਾ ਕੇ ਕਹਿੰਦੇ ਹੁਣ ਰੱਜ ਕੇ ਛਕੋ ਸਾਰੇ ਜਣੇ ਇਕੱਠੇ। ਉਹ ਸਾਰੀ ਗੱਲ ਉਹੀ ਹੈ ਜੀ, ਪੈਰੀ ਪਵਣਾ ਜੱਗ ਵਰਤਾਇਆ। ਉੱਥੇ ਸ਼ਬਦ ਵਰਤਿਆ ਜਾਂਦਾ ਸੱਤ ਕਰਤਾਰ ਤੋਂ ਬਾਅਦ ਆਇਆ ਕਿ ਪੈਰੀ ਪਵਣਾ। ਅਤੇ ਮੈਂ ਇੱਕ ਵਾਰ ਕਿਹਾ ਅੰਮ੍ਰਿਤਸਰ ਸ਼ਬਦ ਇਹ ਸ਼ਬਦ ਜੀ ਸਿਖਰ 'ਤੇ ਗਿਆ। ਅਜੇ ਵੀ ਕਈ ਬਜ਼ੁਰਗ ਜਿਹੜੇ ਨੇ ਸਾਡੇ ਘਰਾਂ 'ਚ ਸ਼ਬਦ ਵਰਤੇ ਹੁੰਦੇ ਸਨ ਕਿ ਅੱਜ ਵੀ ਅੰਮ੍ਰਿਤਸਰ ਤੁਸੀਂ ਜਾਓ, ਕੋਈ ਕੋਈ ਟਾਵੇਂ ਟਾਵੇਂ ਰਹਿ ਗਏ ਨੇ ਜਿਹੜੇ ਲੰਘਦੇ ਹੋ, ਕਹਿੰਦੇ ਨੇ ਸ਼ਾਹ ਜੀ ਪੈਰੀ ਪਵਣਾ ਜੀ, ਲੰਘਦੇ ਗਲੀ 'ਚ ਪਏ ਨੇ। ਇਹਦਾ ਮਤਲਬ ਸ਼ਾਹ ਜੀ ਪੈਰੀ ਪਵਣਾ। ਪਹਿਲਾ ਸੰਬੋਧ ਕੀ ਬੋਲਾ ਕਰਤਾਰ ਸੀ, ਫਿਰ ਪੈਰੀ ਪਵਣਾ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਇਹਨੂੰ ਪੱਕਾ ਹੀ ਬਣਾ ਦਿੱਤਾ, ਆਗੈ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਜਿਹੜਾ ਸਿੱਖ ਸਾਹਮਣੇ ਆਵੇ, ਸਿੱਖ ਸਿੱਖ ਨੂੰ ਮਿਲ ਕੇ ਫਤਿਹ ਬੁਲਾਏ। ਥੋੜ੍ਹਾ ਜਿਹਾ ਮੈਂ ਟਾਈਮ ਤੁਹਾਡਾ ਹੋਰ ਲੈਣਾ ਹੈ। ਇਸ ਤੁਕ ਨੂੰ ਆਪਾਂ ਕੱਲ੍ਹ ਦੇਖਾਂਗੇ ਕਿ ਪੈਰੀ ਪਾਉਣ ਦੇ ਮਤਲਬ ਕੀ ਹੈ। ਇਹ ਐਵੇਂ ਨਹੀਂ ਕਿ ਪੈਰੀ ਪਵਣਾ ਜ਼ਬਾਨੀ ਹੈ, ਇਹਦਾ ਅੰਦਰ ਨਾਲ ਕੋਈ ਰਿਸ਼ਤਾ ਹੈ ਪੈਰੀ ਪਵਣਾ। ਅਤੇ ਗੁਰੂ ਸਾਹਿਬ ਕਹਿਣ ਪਏ, ਇੱਥੋਂ ਤੱਕ ਸਤਿਗੁਰੂ ਪਾਤੇ ਅਸੀਨ ਹੋਏ। ਮਹਾਰਾਜ ਸ਼ਬਦ ਵਰਦੇ ਆ ਕਿ ਗੁਰਸਿੱਖਾ ਤੇਰੇ ਚਰਨਾਂ ਦੀ ਧੂੜ ਮਿਲ ਜਾਏ, ਮੇਰੇ ਪਾਪ ਕੱਟੇ ਜਾਣ। ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਖੰਮ ਪਾਪੀ ਪੀ ਗਤ ਪਾਏ। ਪੈਰੀ ਪਵਣੇ ਨਾਲ ਖੌਮੇ ਮਰਦੀ ਹੈ। ਅਤੇ ਮੈਂ ਪਟਨਾ ਸਾਹਿਬ ਦਾ ਜ਼ਿਕਰ ਕੀਤਾ, ਉੱਥੇ ਇਹ ਵੀ ਘਟਨਾ ਵਾਪਰੀ। ਸਾਲ ਸਰਾਏ ਜ਼ੋਰੀ ਦਾ ਘਰ ਹੈ ਜਿੱਥੇ ਮਹਾਰਾਜ ਦਾ ਇਹ ਹੋਇਆ ਹੈ ਪ੍ਰਕਾਸ਼। ਪਰ ਪਹਿਲਾਂ ਬਖਸ਼ਿਸ਼ ਸਾਲ ਸਰਾਏ ਨੂੰ ਨਹੀਂ ਮਿਲੀ, ਉਹਦੇ ਨੌਕਰ ਅਧਰਕੇ ਅਧਰਕਾ ਉਹਦਾ ਨੌਕਰ ਸੀ ਜੀ, ਉਹਨੂੰ ਮਿਲੀ। ਉਹ ਰੋਟੀ ਪਾਣੀ ਲੈ ਕੇ ਆਇਆ ਮਹਾਰਾਜ ਲਈ ਪ੍ਰਸ਼ਾਦਾ, ਅਤੇ ਉਹ ਕੁਦਰਤੀ ਤੌਰ 'ਤੇ ਨੌਕਰ ਦਾ ਕੰਮ ਸੀ ਚੁੱਕਣਾ। ਥਾਈਲੈਂਡ ਜਾਈਏ ਜੀ, ਆਪਣੇ ਸਿੱਖਾਂ ਦੇ ਘਰਾਂ 'ਚ ਜਿਹੜੇ ਥਾਈ ਬੀਬੀਆਂ ਜਾਂ ਬੰਦੇ ਕੰਮ ਕਰਦੇ ਆ, ਜਿੰਨੀ ਵਾਰੀ ਸਾਡੇ ਕੋਲੋਂ ਨਿਕਲਣਗੇ ਨਾ ਜੀ, ਸੀਨੇ 'ਤੇ ਹੱਥ ਰੱਖ ਕੇ ਇੱਕ ਹੱਥ ਸਿਰ 'ਤੇ ਰੱਖ ਕੇ ਝੋਕੇ ਲੰਘਦੇ ਆ, ਉਹਨਾਂ ਦਾ ਕਲਚਰ ਹੈ ਜੀ, ਇਸ ਤਰ੍ਹਾਂ ਲੰਘਦੇ। ਹੁਣ ਅਧਰਕੇ ਨੂੰ ਕੀ ਪਤਾ ਸੀ, ਇਹ ਸੰਤ ਨੇ ਮਹਾਂਪੁਰਖ ਨੇ, ਉਹਨੇ ਤਾਂ ਕਿਹਾ ਵੀ ਮੇਰੇ ਮਾਲਕ ਨੇ ਘੱਲਿਆ। ਅਤੇ ਮਹਾਰਾਜ ਤਰਸ ਦੇ ਘਰ 'ਚ ਬਖਸ਼ਿਸ਼ ਦੇ, ਜਦੋਂ ਇਹਨੇ ਇੱਕੋ ਦਮ ਮੱਥਾ ਟੇਕਿਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਅੰਗੂਠੇ ਨੂੰ ਛੂ ਗਿਆ, ਸਤਿਗੁਰੂ ਨੇ ਉੱਤੇ ਕੰਡ 'ਤੇ ਥਾਪੜਾ ਦਿੱਤਾ, ਅੰਦਰ ਦੇ ਕਪਾਟ ਖੁੱਲ੍ਹ ਗਏ, ਸਿਰ 'ਤੇ ਹੱਥ ਰੱਖਿਆ। ਇਹ ਬਖਸ਼ਿਸ਼ ਜੀ, ਕਰ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਮੇਰਾ ਹੀਰ ਹੈ ਰਤਨ ਨਾਮ ਕਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਇਹ ਮੈਂ ਐਵੇਂ ਨਹੀਂ ਸਾਖੀ ਸੁਣਾ ਰਿਹਾ, ਹਾਂ ਧਰਿਓ, ਗੁਰੂ ਨੇ ਮੱਥੇ 'ਤੇ ਹੱਥ ਰੱਖਿਆ। ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰਨਾਮ ਦਿਓ ਰਿਣ ਰਾਥਾ। ਉਹ ਬਸ ਜੀ ਬਦਲ ਗਿਆ, ਨੌਕਰ ਤੋਂ ਮਾਲਕ ਬਣ ਗਿਆ। ਸੱਚੀ ਮੁੱਚੀ ਉਹਤੇ ਬਖਸ਼ਿਸ਼ ਨਹੀਂ ਹੋਈ, ਵਾਪਸ ਗਿਆ ਉਹਦੇ ਬੋਲਣ 'ਚ, ਉਹਦੇ ਬਹਿਣ 'ਚ, ਉਹਦਾ ਸਾਰਾ ਹੀ ਬਾਡੀ ਦਾ ਔਰਾ ਹੀ ਚੇਂਜ ਸੀ। ਸਾਲਸਰਾਏ ਦੇ ਕੋਲ ਬੈਠਾ ਅਤੇ ਸਾਲਸਰਾਏ ਦਾ ਅੰਦਰ ਟੇਕਿਆ। ਇਹ ਐਵੇਂ ਨਹੀਂ ਵੀ ਕੋਈ ਪੂਰਵਲੀਆਂ ਸਨ ਨਾ ਬਖਸ਼ਣ। ਸਾਲਸਰਾਏ ਕਹਿੰਦਾ ਤੈਨੂੰ ਹੋ ਕੀ ਗਿਆ, ਉਹਦੀਆਂ ਅੱਖਾਂ 'ਚ ਪਾਣੀ ਸੀ। ਕਹਿੰਦਾ ਬਸ ਪਤਾ ਨਹੀਂ, ਜਿਹਨੂੰ ਰੋਟੀ ਦੇਣ ਗਿਆ ਇੱਕੋ ਦਮ ਸਪਰਸ਼ ਹੀ ਕੀਤਾ, ਸੋ ਕੁਝ ਦਾ ਕੁਝ ਹੋ ਗਿਆ, ਪਰ ਜੋ ਹੋਇਆ ਠੀਕ ਹੋਇਆ। ਉਹ ਕੀ ਪ੍ਰਭਾਵ, ਗੁੰਗਾ ਕੀ ਦੱਸੇ ਵੀ ਕੀ ਰਸ ਹੈ। ਸਾਲਸਰਾਇਆ ਉਹ ਵੀ ਮਹਾਰਾਜ ਨੂੰ ਮੱਥਾ ਟੇਕਿਆ ਜੀ, ਉਹਨੇ ਵੀ ਕੁਝ ਨਹੀਂ ਹੋਇਆ। ਕਹਿੰਦਾ ਵੀ ਆਹ ਮੇਰਾ ਨੌਕਰ ਜੀ ਅਦਰਕਾ, ਇਹ ਤੁਹਾਨੂੰ ਪ੍ਰਸ਼ਾਦਾ ਦੇਣ ਆਇਆ। ਇਹਦੇ ਉੱਤੇ ਬੜੀ ਕਿਰਪਾ ਹੋਈ, ਜਾਂ ਉਹ ਜੋ ਉਹਨੂੰ ਸਮਝ ਪਈ, ਉਹ ਬੰਦਾ ਆਖਰ ਜੋਰੀ ਏ, ਉਹਨੂੰ ਰੱਬ ਨੇ ਚੇਤਨਾ ਨਹੀਂ ਦਿੱਤੀ। ਕਹਿੰਦਾ ਮੇਰੇ 'ਤੇ ਕਿਰਪਾ ਹੋ ਸਕਦੀ ਹੈ, ਗੁਰੂ ਸਾਹਿਬ ਕਹਿੰਦੇ ਹੱਸ ਕੇ ਹੋ ਸਕਦੀ ਹੈ, ਤੂੰ ਇਹਦੇ ਪੈਰੀ ਮੱਥਾ ਟੇਕ ਦੇ। ਇਤਿਹਾਸ ਹੀ ਕਹਿੰਦਾ ਅਧਰਕੇ ਦੇ ਪੈਰੀ ਮੱਥਾ ਟੇਕ। ਉਹ ਇੱਕਦਮ ਝਿਜਕ ਗਿਆ, ਕਹਿੰਦਾ ਜੀ ਮੇਰਾ ਨੌਕਰ ਗੁਰੂ ਸਾਹਿਬ ਕਹਿੰਦੇ ਨੇ ਇਹੀ ਕਾਰਨ, ਜਦੋਂ ਇਹਨੇ ਮੱਥਾ ਟੇਕਿਆ ਪੂਰਨ ਤੌਰ 'ਤੇ ਸਮਰਪਿਤ ਸੀ, ਜਦ ਤੂੰ ਮੇਰੇ ਕੋਲ ਆਇਆ ਤੂੰ ਮੱਥਾ ਟੇਕਦੇ ਅੰਦਰ ਖੌਮੇ ਦਾ ਕੰਡਾ ਰੱਖਿਆ, ਮੇਰਾ ਨੌਕਰ ਹੈ ਇਹਨੂੰ ਟੇਕ ਮੱਥਾ। ਜਦੋਂ ਮੱਥਾ ਟੇਕਿਆ ਅਧਰਕੇ ਨੂੰ ਮੱਥਾ ਟਿਕਵਾ ਦਿੱਤਾ ਮਹਾਰਾਜ ਨੇ, ਮੈਂ ਉਦੋਂ ਸੋਚਣਾ ਇਹ ਕਾਰਨ ਗੁਰੂ ਨੇ ਪੈਰੀ ਪਵਣਾ ਜੱਗ ਵਰਤਾਇਆ ਸੀ ਕਿ ਗਰੀਬ ਅਤੇ ਅਮੀਰ ਬਰਾਬਰੀ ਹੋਵੇ। ਫਾਈਨੈਂਸ਼ਲੀ ਤੌਰ 'ਤੇ ਕੋਈ ਮਤ ਸਮਝੇ ਕਿ ਮੈਂ ਅਰਬਾਂ ਪਤੀਆਂ ਕੁਟੀਆ 'ਚ ਰਹਿਣ ਵਾਲੇ ਦੇ ਪੱਲੇ ਕੀ ਹੈ, ਇੱਥੇ ਅਰਬਾਂ ਪਤੀ ਕੁਟੀਆਂ ਵਾਲੇ ਦੇ ਚਰਨਾਂ 'ਚ ਝੁੱਕ ਗਏ। ਇੱਥੇ ਪੈਰੀ ਪਵਣਾ ਦਾ ਅਰਥ ਹੈ
ਆਪਣੇ ਆਪ ਨੂੰ ਸਮਰਪਣ ਕਰ ਦੇਣਾ। ਕਿਵੇਂ ਗੁਰਸਿੱਖ ਦਾ ਸਤਿਕਾਰ ਕੀਤਾ ਗੁਰੂ ਨੇ, ਇਹ ਕੱਲ੍ਹ ਦੀ ਵਿਚਾਰ ਆਪਾਂ ਕਰਾਂਗੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਕਰੋ ਕਿਰਪਾ, ਜਿਵੇਂ ਕੱਲ੍ਹ ਅਸੀਸ ਬਖਸ਼ੀ ਹੈ, ਕਿਉਂਕਿ ਕੱਲ੍ਹ ਨੂੰ ਵੀਕਐਂਡ ਸ਼ੁਰੂ ਹੋ ਜਾਣਾ ਹੈ ਅਤੇ ਟਾਈਮ ਆਪਾਂ ਥੋੜ੍ਹਾ ਜਿਹਾ ਜ਼ਿਆਦਾ ਵੀ ਲਾ ਲਾਂਗੇ। ਅਤੇ ਹੁਣ ਜਿੰਨਿਆਂ ਕੋਲ ਵਕਤ ਹੈ, ਪਹਿਲਾਂ ਦਾਸ ਬੋਲੇਗਾ ਅਤੇ ਫਿਰ ਸਾਰੇ ਸਿੰਘ ਬੋਲਿਓ, ਜੇ ਸਿੰਘ ਬੈਠੇ ਰਹੇ ਜ਼ਿਆਦਾ ਤਾਂ, ਅਤੇ ਉਸ ਤੋਂ ਬਾਅਦ ਫਿਰ ਬੀਬੀਆਂ ਬੋਲਣਾ ਵਾਹਿਗੁਰੂ ਸ਼ਬਦ। ਮਿੰਟ ਤੁਹਾਡੇ ਤਿੰਨ ਚਾਰ ਪੰਜ ਹੀ ਲਾਂਗਾ। ਕਰੋ ਕਿਰਪਾ, ਉਚਾਰਨ ਕਰੋ ਜੀ, ਵਾਹਿਗੁਰੂ। ਸਾਰੇ ਸਿੰਘ ਬੋਲੋ ਪਹਿਲਾਂ, ਹੁਣ ਬੀਬੀਆਂ ਪੈਣਾ। ਵਾਹੇ ਗੁਰੂ, ਵਾਹ ਵਾਹ, ਉੱਚੀ ਆਵਾਜ਼ ਸਾਰੇ ਬੋਲੋ। ਵਾਹੇ ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ 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 ਸਤਿਗੁਰੂ ਔਰ ਆਪ ਜੀ ਨੇ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ।